ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਮੈਂ ਹਾਂ ਸੁਰਿੰਦਰ ਡੱਲਾ। ਈ9 ਪੰਜਾਬੀ ਦੇ ਵੱਖ ਵੱਖ ਪਲੇਟਫਾਰਮਸ ਦੇ ਉੱਤੇ ਤੁਸੀਂ ਇਸ ਖਾਸ ਸ਼ੋਅ ਨੂੰ ਵੇਖ ਰਹੇ ਹੋ, ਔਰ ਅੱਜ ਖਾਸ ਤੌਰ 'ਤੇ ਅਸੀਂ ਗੱਲ ਕਰਨੀ ਹੈ, ਫਿਲਮ ਹੈ ਸਾਖ, ਔਰ ਸਾਡੇ ਨਾਲ ਫਿਲਮ ਸਾਖ ਦੀ ਸਟਾਰ ਕਾਸਟ ਔਰ ਜਿਹੜੇ ਹੀਰੋ ਅਤੇ ਹੀਰੋਇਨ ਨੇ ਇਸ ਫਿਲਮ ਦੇ, ਮੈਂਡੀ ਟੱਖਰ ਔਰ ਜੋਬਨਪ੍ਰੀਤ ਸਿੰਘ, ਸੋ ਇਹ ਦੋਵੇਂ ਸਾਡੇ ਨਾਲ ਅੱਜ ਮੌਜੂਦ ਨੇ। ਟੈਲੀਫੋਨ ਕਾਲ ਵੀ ਤੁਸੀਂ ਸਾਨੂੰ ਕਰ ਸਕਦੇ ਹੋ, ਟੈਲੀਫੋਨ ਕਾਲ ਦੇ ਜ਼ਰੀਏ ਵੀ ਅਸੀਂ ਵਿੱਚ ਤੁਹਾਡੇ ਕਾਲਸ ਲਵਾਂਗੇ ਔਰ ਸਟਾਰ ਕਾਸਟ ਦੇ ਨਾਲ ਗੱਲ ਤੁਹਾਡੀ ਸਿੱਧੇ ਤੌਰ ਦੇ ਉੱਤੇ ਹੋ ਸਕੇਗੀ। ਪੰਜਾਬੀ ਫਿਲਮਾਂ ਦਾ ਇਤਿਹਾਸ ਅੱਤਵਾਦ ਦੇ ਦੌਰ ਤੋਂ ਬਿਨਾਂ ਹਮੇਸ਼ਾ ਸੁਨਹਿਰੀ ਰਿਹਾ, ਔਰ ਅੱਤਵਾਦ ਦੇ ਦੌਰ ਤੋਂ ਬਾਅਦ ਪੰਜਾਬੀ ਫਿਲਮਾਂ ਬਣਨ ਵੀ ਲੱਗੀਆਂ ਨੇ, ਔਰ ਇਹ ਇੰਡਸਟਰੀ ਕਿਤੇ ਨਾ ਕਿਤੇ ਹੁਣ ਇੱਕ ਚੁਣੌਤੀ ਵੀ ਖੜੀ ਕਰ ਰਹੀ ਹੈ, ਕਿਉਂਕਿ ਮੁੰਬਈ ਦੀ ਫਿਲਮ ਇੰਡਸਟਰੀ ਨੂੰ ਆਮ ਤੌਰ 'ਤੇ ਮੰਨਿਆ ਜਾਂਦਾ ਸੀ ਕਿ ਜਿਹੜੇ ਸਾਊਥ ਦੀ ਇੰਡਸਟਰੀ ਹੈ ਉਹ ਚੈਲੰਜ ਕਰਦੀ ਹੈ, ਪਰ ਪੰਜਾਬੀ ਤੋਂ ਚੰਗੇ ਚੰਗੇ ਕਲਾਕਾਰ ਆ ਰਹੇ ਨੇ, ਬਹੁਤ ਟੈਲੈਂਟਡ ਕਲਾਕਾਰ ਆ ਰਹੇ ਨੇ, ਜਿਸ ਤੋਂ ਬਾਅਦ ਪੂਰੇ ਮੁਲਕ ਦੇ ਵਿੱਚ ਇੱਕ ਵਾਰ ਫਿਰ ਪੰਜਾਬੀ ਫਿਲਮਾਂ ਦੀ ਧਾਕ ਜੰਮੀ ਹੈ, ਔਰ ਬੜੀ ਖੁਸ਼ੀ ਵੀ ਹੁੰਦੀ ਹੈ ਕਿ ਅੱਜ ਕੱਲ੍ਹ ਪੰਜਾਬ ਦੇ ਸਿਨੇਮਾ ਘਰ ਦੇ ਵਿੱਚ ਵੀ ਹਰ ਫਰਾਈਡੇ ਨੂੰ ਲੋਕ ਪੰਜਾਬੀ ਫਿਲਮ ਦੇਖਣ ਜਾਂਦੇ ਨੇ। ਆਮ ਤੌਰ 'ਤੇ ਅਜਿਹਾ ਨਹੀਂ ਹੁੰਦਾ ਸੀ, ਇਹ ਬਹੁਤ ਸਿਹਤਮੰਦ ਰੁਝਾਨ ਹੈ, ਹੋਣਾ ਵੀ ਚਾਹੀਦਾ। ਪੰਜਾਬੀ ਕਲਾਕਾਰਾਂ ਨੂੰ ਜਿਵੇਂ ਜਿਵੇਂ ਪ੍ਰੋਤਸਾਹਨ ਮਿਲਦਾ, ਨਿਸ਼ਚਿਤ ਤੌਰ ਦੇ ਉੱਤੇ ਇਹਦੇ ਨਾਲ ਪੰਜਾਬ ਦੀ ਤਰੱਕੀ ਹੈ, ਔਰ ਅਸੀਂ ਦੁਨੀਆ ਭਰ ਦੇ ਵਿੱਚ ਪੰਜਾਬੀਅਤ ਫਿਲਮਾਂ ਦੇ ਜ਼ਰੀਏ ਲੈ ਕੇ ਜਾ ਰਹੇ ਹਾਂ। ਮੈਨੂੰ ਉਹ ਵੇਲਾ ਵੀ ਯਾਦ ਹੈ ਜਦੋਂ ਬਹੁਤ ਸਾਰੇ ਲੋਕ ਕਿਹਾ ਕਰਦੇ ਸੀ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਕਰਕੇ ਸਾਡੀ ਪੰਜਾਬੀ ਖਰਾਬ ਹੋ ਰਹੀ ਹੈ, ਸਾਡੇ ਗਾਇਕਾਂ ਨੇ ਪੰਜਾਬੀ ਭਾਸ਼ਾ ਵਿਗਾੜ ਦਿੱਤੀ, ਪਰ ਸਮਾਂ ਬਦਲਿਆ, ਪੰਜਾਬੀ ਫਿਲਮ ਇੰਡਸਟਰੀ ਔਰ ਸਾਡੇ ਪੰਜਾਬੀ ਗਾਇਕਾਂ ਕਰਕੇ ਹੀ ਅੱਜ ਪੰਜਾਬੀ ਹੈ ਜਿਹੜੀ ਉਹ ਪਹਿਲਾਂ ਨਾਲੋਂ ਜ਼ਿਆਦਾ ਬੁਲੰਦੀਆਂ ਛੂਹ ਚੁੱਕੀ ਹੈ। ਸੋ ਦੁਨੀਆ ਭਰ ਦੇ ਵਿੱਚ ਪੰਜਾਬੀ ਦਾ ਸਿੱਕਾ ਬੋਲਦਾ, ਸੋ ਪੰਜਾਬੀ ਫਿਲਮਾਂ ਜ਼ਰੂਰ ਦੇਖਿਆ ਵੀ ਕਰੋ। ਸਟਾਰਕਾਸਟ ਮੌਜੂਦ ਹੈ, ਬਹੁਤ ਬਹੁਤ ਸਵਾਗਤ ਹੈ ਜੀ। ਮੈਂਡੀ ਟੱਕਰ ਜੀ ਤੁਹਾਡਾ ਵੀ ਬਹੁਤ ਸਵਾਗਤ ਹੈ, ਔਰ ਜੋਬਨਪ੍ਰੀਤ ਜੀ ਤੁਹਾਡਾ ਵੀ ਬਹੁਤ ਸਵਾਗਤ ਹੈ। ਦੋਵੇਂ ਨੌਜਵਾਨ ਕਲਾਕਾਰ ਨੇ, ਹਰ ਰੋਜ਼ ਤੁਸੀਂ ਇਹਨਾਂ ਦੀਆਂ ਫਿਲਮਾਂ ਪੰਜਾਬੀ ਦੀਆਂ ਪਹਿਲਾਂ ਵੀ ਦੇਖਦੇ ਹੋ, ਕਿਉਂਕਿ ਜੋਬਨਪ੍ਰੀਤ ਜੀ ਦੀ ਤਾਂ ਪਹਿਲੀ ਫਿਲਮ ਹੈ, ਪਹਿਲੀ ਵਾਰੀ ਲਾਂਚ ਹੋ ਰਹੇ ਨੇ ਪੰਜਾਬੀ ਫਿਲਮ ਦੇ ਜ਼ਰੀਏ। ਮੈਂਡੀ ਟੱਕਰ ਉਹਨਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਨੇ, ਸੁਪਰਹਿੱਟ ਰਹੀਆਂ ਨੇ, ਤੁਸੀਂ ਵੇਖੀਆਂ ਨੇ, ਦੁਨੀਆ ਭਰ ਦੇ ਵਿੱਚ ਇਹਨਾਂ ਦੀ ਵੀ ਪਹਿਚਾਣ ਹੈ। ਸਭ ਤੋਂ ਪਹਿਲਾ ਸਵਾਲ ਜੋਬਨਪ੍ਰੀਤ ਜੀ, ਸਾਖ ਫਿਲਮ ਹੈ ਜਿਹੜੀ 6 ਸਤੰਬਰ ਨੂੰ ਰਿਲੀਜ਼ ਹੋਣੀ ਹੈ, ਸਾਖ ਫਿਲਮ ਬਾਰੇ 2 ਸ਼ਬਦ, ਤੁਸੀਂ ਫੌਜੀ ਦਾ ਕਿਰਦਾਰ ਨਿਭਾਇਆ ਕਰਮ ਸਿੰਘ ਦਾ, ਸੋ ਇੱਥੇ ਬੈਠਾ ਜੋਬਨਪ੍ਰੀਤ ਔਰ ਸਾਖ ਫਿਲਮ ਦਾ ਕਰਮ ਸਿੰਘ, ਕਿੰਨਾ ਕੁ ਫਰਕ ਹੈ? ਕੁਝ ਜ਼ਿਆਦਾ ਫਰਕ ਨਹੀਂ ਹੈਗਾ ਜੀ, ਕਿਉਂਕਿ ਜਿਹੜੀ ਸਕ੍ਰਿਪਟ ਲਿਖੀ ਗਈ ਸੀ ਨਾ, ਇਹਨੂੰ ਮੇਰੀ ਜਿੱਦਾਂ ਦਾ ਮੈਂ ਹੈਗਾ ਉਹਨੂੰ ਧਿਆਨ ਵਿੱਚ ਰੱਖ ਕੇ ਲਿਖੀ ਗਈ ਸੀਗੀ, ਤਾਂ ਕਿ ਫਿਲਮ ਨੂੰ ਵਧੀਆ ਅਸੀਂ ਸ਼ੂਟ ਕਰ ਸਕੀਏ, ਸਾਰਾ ਕੁਝ ਵਧੀਆ ਕਰ ਸਕੀਏ। ਸੋ ਮੈਂ ਇਹ ਕਹਿ ਸਕਦਾ ਵੀ 60-70% ਉਹ ਮੇਰੇ ਰੀਅਲ ਕਿਰਦਾਰ ਹੀ ਆ ਕਰਮ ਸਿੰਘ ਦਾ ਜੀ। ਕਰਮ ਸਿੰਘ ਦਾ ਰੀਅਲ ਕਿਰਦਾਰ ਹੈ। ਹੁਣ ਕਰਮ ਸਿੰਘ ਬੈਠੇ ਸਾਡੇ ਨਾਲ ਜਾਂ ਜੋਬਨਪ੍ਰੀਤ ਸਿੰਘ ਬੈਠੇ? ਦੋਨੇ ਹੀ ਬੈਠੇ ਨੇ ਜੀ, ਤੁਸੀਂ ਦੱਸ? ਦੋਨੇ ਬੈਠੇ, ਹਾਂਜੀ। ਮੈਂਡੀ ਟੱਕਰ ਜੀ, ਬਹੁਤ ਸਾਰੀਆਂ ਤੁਸੀਂ ਫਿਲਮਾਂ ਕੀਤੀਆਂ, ਸਾਖ ਸ਼ਬਦ ਬੜਾ ਨਵਾਂ, ਤੁਸੀਂ ਇੱਕ ਦਿਨ ਕਹਿ ਰਹੇ ਸੀ, ਮੈਂ ਸੁਣਿਆ ਕਿ ਸਾਡੇ ਅੱਜ ਦੀ ਜਨਰੇਸ਼ਨ ਨੂੰ ਪਤਾ ਲੱਗੂਗਾ ਸਾਖ ਕੀ ਹੁੰਦਾ, ਤੁਸੀਂ ਦੱਸ ਵੀ ਦਿਓ ਸਾਖ ਕੀ ਹੁੰਦਾ। ਸੋ ਸਾਖ ਰਿਸ਼ਤਾ ਹੁੰਦਾ ਜੋ ਇੱਕ ਫੈਮਿਲੀ ਤੋਂ ਦੂਸਰੀ ਫੈਮਿਲੀ ਨੂੰ ਜਾਂਦਾ, ਐਂਡ ਉਹ ਯੂਜਲੀ ਇੱਕ ਵਿਚੋਲਾ ਹੀ ਲੈ ਕੇ ਜਾਂਦਾ, ਐਂਡ ਉਸ ਜ਼ਮਾਨੇ ਵਿੱਚ ਲਾਈਕ ਜਿੱਦਾਂ ਦੀ ਜਿੱਥੇ ਸਾਡੀ ਫਿਲਮ ਸੈੱਟ ਹੈ, 1960s to 1971, ਉਦੋਂ ਫਿਰ ਲਾਈਕ ਵਿਚੋਲੇ ਨੇ ਉਹ ਹੁੰਦਾ ਸੀ ਕਿ ਮੇਰੇ ਜਿੰਨੀਆਂ ਵਿਚੋਲੇ ਦੇ ਹੱਥ 'ਤੇ ਮੁੰਦੀਆਂ ਹੁੰਦੀਆਂ ਸੀ ਉਨੀ ਉਹਨੇ ਸਾਖ ਕਰਾਏ ਹੁੰਦੇ ਸੀ। ਸੋ ਦੈਟਸ ਕਾਈਂਡ ਆਫ ਵੈਰੀ ਸਵੀਟ ਐਂਡ ਬਹੁਤ ਸਿੰਪਲ ਕੋਨਸੈਪਟ ਹੈ, ਪਰ ਬਹੁਤ ਹੀ ਪਿਆਰਾ ਕੋਨਸੈਪਟ ਹੈ। ਸੋ ਤੁਸੀਂ ਮੁਬਾਰਕਬਾਦ ਪੇਸ਼ ਕਰ ਸਕਦੇ ਹੋ, ਕਿਉਂਕਿ ਜੋਬਨਪ੍ਰੀਤ ਵੀ ਇੱਕ ਨੌਜਵਾਨ ਕਲਾਕਾਰ ਨੇ, ਔਰ ਪੰਜਾਬੀ ਮੁੰਡੇ ਅੱਜ ਕੱਲ੍ਹ ਗੱਭਰੂ ਜੋਬਨਪ੍ਰੀਤ ਉਹਨਾਂ ਵਰਗੇ ਬਹੁਤ ਕਾਮਯਾਬ ਵੀ ਹੋ ਰਹੇ ਨੇ ਅੱਜ ਤੱਕ। ਜੋਬਨਪ੍ਰੀਤ, ਟੈਂਡੈਂਸੀ ਸੀ ਜਿਹੜੀ ਬਾਲੀਵੁੱਡ ਦੀ
ਅਸੀਂ ਬਿਨਾਂ ਪੱਗਾਂ ਵਾਲੇ ਹੀਰੋ ਦੇਖਦੇ ਸੀ ਅਤੇ ਹੁਣ ਪੱਗਾਂ ਵਾਲੇ ਹੀਰੋ ਆ ਗਏ। ਪੂਰੀ ਦੁਨੀਆ 'ਚ ਪੱਗਾਂ ਵਾਲੇ ਹੀਰੋਆਂ ਦਾ ਰਾਜ ਹੋ ਗਿਆ। ਇਸ ਬਦਲਦੇ ਮਾਹੌਲ ਨੂੰ ਸਾਕ ਦੇ ਜ਼ਰੀਏ ਕਿੱਥੇ ਲੈ ਕੇ ਜਾਓਗੇ? ਦੇਖੋ ਜੀ, ਆਪਾਂ ਕਹਿੰਦੇ ਅਸੀਂ, ਮੈਂ ਵੀ ਮਤਲਬ ਪਹਿਲਾਂ ਮੈਂ ਵੀ ਮੋਨਾ ਸੀ, ਮੈਂ ਵੀ ਵਾਲ ਕੱਟੇ ਸੀ, ਰੋਡਾ ਸੀਗਾ ਜੀ। ਸੋ ਮੈਂ ਪੱਗ ਬੰਨਣ ਲੱਗਿਆ ਕਿਉਂਕਿ ਪਤਾ ਨਹੀਂ, ਮਤਲਬ ਕਹਿ ਸਕਦੇ ਤੁਸੀਂ ਕੁਦਰਤੀ ਹੋਇਆ ਜਾਂ ਵਾਹਿਗੁਰੂ ਦੀ ਕਿਰਪਾ ਹੋਈ ਆ ਕਿ ਮੈਂ ਪੱਗ ਬੰਨਣ ਲੱਗਿਆ ਤਾਂ ਮੈਨੂੰ ਆਪਣਾ ਆਪ ਸੋਹਣਾ ਲੱਗਣ ਲੱਗਿਆ ਜੀ, ਹੈ ਨਾ ਜੀ। ਸੋ ਉਹ ਜਦੋਂ ਸਮੇਂ ਦੇ ਨਾਲ ਨਾਲ ਉਹਦੇ ਕਿਰਦਾਰ ਦੇ ਵਿੱਚ ਮੈਂ ਆਉਂਦਾ ਗਿਆ, ਜੋ ਮਤਲਬ ਅਸਲ ਮੈਨੂੰ ਆਪਦੀ ਪਹਿਚਾਣ ਆਉਂਦੀ ਗਈ ਪੱਗ ਬੰਨ ਕੇ, ਹੈ ਨਾ। ਸੋ ਮੈਂ ਉਹੀ ਚੀਜ਼ ਅਪਣਾਉਂਦਾ ਗਿਆ, ਹੁਣ ਮੈਂ ਪੱਗ ਬੰਨ ਕੇ ਰੱਖਦਾ ਤਾਂ ਮੈਨੂੰ ਸੋਹਣੀ ਵੀ ਲੱਗਦੀ ਆ ਆਪਦੇ ਆਪ ਨੂੰ ਜੀ। ਸੋ ਇਹ ਤੁਸੀਂ ਗੱਲ ਸਹੀ ਕਹੀ ਆ ਵੀ ਆਪਾਂ ਪੰਜਾਬੀ ਲੋਕ ਹਾਂ, ਪੰਜਾਬ 'ਚ ਰਹਿੰਦੇ ਹਾਂ। ਸੋ ਜੇ ਨਾਮ ਅਗਰ ਸਿੰਘ ਲਾ ਲਿਆ ਤਾਂ ਸਿਰ 'ਤੇ ਪੱਗ ਨੇ ਤਾਂ ਵਧੀਆ ਗੱਲ ਹੋ ਜਾਂਦੀ। ਬਿਲਕੁਲ, ਸੋ ਪੱਗ ਨਾਲ ਹੀ ਸ਼ਾਨ ਹੈ। ਮੈਂਟੂ ਜੀ, ਸਾਕ ਫਿਲਮ ਨੂੰ ਲੈ ਕੇ ਕਿੰਨਾ ਕੁ ਜ਼ਿਆਦਾ ਜੋਸ਼ ਹੈ ਤੁਹਾਡੇ 'ਚ, ਕਿੰਨਾ ਕੁ ਤੁਸੀਂ ਆਪ ਇਸ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਰਹੇ ਹੋ? ਬਹੁਤ ਜ਼ਿਆਦਾ, ਇਨਫੈਕਟ ਮੈਨੂੰ ਨਹੀਂ ਲੱਗਦਾ ਮੈਂ ਕਿਸੇ ਵੀ ਫਿਲਮ ਵਿੱਚ ਇੰਨੀ ਇਨਵੋਲਵਮੈਂਟ ਹੋਈ ਹੈ ਮੇਰੀ ਜਿੰਨੀ ਸਾਕ ਵਿੱਚ ਹੋਈ ਹੈ। ਸੋ ਬਿਕੋਜ਼ ਪੂਰੀ ਟੀਮ ਨਵੀਂ ਸੀ, ਮੈਨੂੰ ਇੰਨੀ ਖੁੱਲ੍ਹ ਵੀ ਦਿੱਤੀ, ਇਹਨਾਂ ਨੇ ਇੱਜ਼ਤ ਵੀ ਬਖਸ਼ੀ ਕਿ ਮੈਂ ਯੂ ਨੋ ਆਪਣੇ ਇਨਪੁੱਟਸ ਦੇ ਸਕਾਂ। ਐਂਡ ਈਵਨ ਜਦੋਂ ਅਸੀਂ ਫਿਲਮ ਖਤਮ ਵੀ ਕਰ ਲਈ, ਜੋਬਨ ਐਂਡ ਮੈਂ ਮਤਲਬ ਐਡਿਟ 'ਤੇ ਵੀ ਬੈਠੇ ਸੀਗੇ, ਪੋਸਟਰ ਡਿਜ਼ਾਇਨਿੰਗ 'ਤੇ ਵੀ ਬੈਠੇ ਸੀਗੇ ਇਕੱਠੇ, ਇੱਕ ਗਾਣੇ ਦੇ ਥੋੜ੍ਹੇ ਜਿਹੇ ਪੋਰਸ਼ਨਸ ਰੀਐਡਿਟ ਵੀ ਕੀਤੇ ਸੀਗੇ। ਸੋ ਆਈ ਜਸਟ ਹੁਣ ਇੱਦਾਂ ਹੈ ਕਿ ਇੰਨੀ ਇਨਵੋਲਵਮੈਂਟ ਹੋ ਚੁੱਕੀ ਹੈ, ਆਲਮੋਸਟ ਸਾਨੂੰ ਡਿਸੰਬਰ ਵਿੱਚ ਇੱਕ ਸਾਲ ਹੋ ਜਾਣਾ ਹੈ ਕਿ ਅਸੀਂ ਫਿਲਮ ਯੂ ਨੋ ਕਰ ਰਹੇ ਹਾਂ ਜੀ। ਸੋ ਆਈ ਜਸਟ ਹੁਣ ਬਹੁਤ ਨਰਵਸਨੈਸ ਵੀ ਹੈ, ਐਕਸਾਈਟਮੈਂਟ ਵੀ ਹੈ। ਐਂਡ ਇਸ ਫਿਲਮ ਵਿੱਚ ਲਾਈਕ ਮੈਨੂੰ ਆਈ ਥਿੰਕ ਇੱਕਦਮ ਫਰੈਸ਼ਨੈਸ ਮਿਲੀ, ਇੱਕਦਮ ਇੱਕ ਇੱਦਾਂ ਦਾ ਕਿਰਦਾਰ ਮਿਲਿਆ ਜੋ ਮੈਨੂੰ ਲੱਗਦਾ ਕਿ ਬਿਲਕੁਲ ਮੇਰੀ ਇੱਕ ਫਰੈਸ਼ ਲੁੱਕ ਹੈ, ਫਰੈਸ਼ ਕਿਰਦਾਰ ਹੈ, ਚੰਨ ਕੌਰ ਕਿਰਦਾਰ ਦਾ ਨਾਮ ਹੈ। ਐਂਡ ਆਈ ਡੋਂਟ ਥਿੰਕ ਕਿ ਮੈਂ ਬਹੁਤ ਟਾਈਮ ਤੋਂ ਇੰਨਾ ਰੋਮਾਂਟਿਕ ਕੋਈ ਗਾਣਾ ਕੀਤਾ ਹੈ ਜਾਂ ਫਿਰ ਇੰਨਾ ਕੋਈ ਡਾਂਸ ਵਾਲਾ ਗਾਣਾ ਕੀਤਾ ਹੈ। ਸੋ ਮੈਨੂੰ ਸ਼ੂਟ ਦੇ ਦੌਰਾਨ ਵੀ ਬਹੁਤ ਮਜ਼ਾ ਆਇਆ ਅਤੇ ਬਾਅਦ ਵਿੱਚ ਐਡੀਟਿੰਗ ਜਦੋਂ ਚੱਲ ਰਹੀ ਸੀ ਉਦੋਂ ਵੀ ਬਹੁਤ ਐਕਸਾਈਟਮੈਂਟ ਅਤੇ ਯੂ ਨੋ ਮਜ਼ਾ ਆਇਆ, ਤਾਂ ਹੁਣ ਮਿਕਸਚਰ ਹੈ ਐਕਸਾਈਟਮੈਂਟ ਅਤੇ ਨਰਵਸਨੈਸ ਜੀ। ਤੁਹਾਨੂੰ ਕਿੰਨੀਆਂ ਉਮੀਦਾਂ ਨੇ ਸਾਕ ਫਿਲਮ ਤੋਂ ਬਾਕੀਆਂ ਫਿਲਮਾਂ ਦੇ ਮੁਕਾਬਲੇ? ਪਹਿਲਾਂ ਵੀ ਤੁਹਾਡੀਆਂ ਬਹੁਤ ਹਿੱਟ ਫਿਲਮਾਂ ਰਹੀਆਂ। ਮੈਨੂੰ ਆਈ ਮੀਨ ਪਰਸਨਲੀ ਮੈਂ ਕਹਾਂਗੀ ਕਿ ਸਾਕ ਮੇਰੇ ਕਰੀਅਰ ਦਾ ਵੀ ਮਤਲਬ ਇੱਕ ਬਿਹਤਰੀਨ ਫਿਲਮ ਹੈ, ਵਨ ਆਫ ਦਾ ਬੈਟਰ, ਵਨ ਆਫ ਦਾ ਬੈਸਟ ਫਿਲਮਸ ਆਫ ਮਾਈ ਕਰੀਅਰ ਜੀ। ਜੀ ਜੋਗਨਪ੍ਰੀਤ ਜੀ, ਤੁਸੀਂ ਤੁਹਾਡਾ ਮੁੱਖ ਰੂਪ ਦੇ ਵਿੱਚ ਇੱਕ ਫੌਜੀ ਦਾ ਕਿਰਦਾਰ ਰਿਹਾ, ਕਹਿੰਦੇ ਸੁਣਿਆ ਮੈਂ। ਹਾਂਜੀ, ਤੇ ਕਹਿੰਦੇ ਨਾਮ ਲੈਣਾ ਵੀ ਤੁਹਾਡਾ ਮਨਾ? ਹਾਂਜੀ, ਨਾਮ ਲੈਣਾ ਫਿਲਮ 'ਚ ਮਨਾ, ਉਹ ਇੱਕ ਫਿਲਮ ਦਾ ਬਹੁਤ ਹੀ ਪੁਆਇੰਟ ਆ, ਹੁੱਕ ਲਾਈਨ ਕਹਿ ਸਕਦੇ ਹੋ ਤੁਸੀਂ। ਸੋ ਉਹ ਤੁਸੀਂ ਫਿਲਮ 'ਚ ਦੇਖਿਓ ਜੀ, ਕਿਉਂ ਮਨਾ ਅਸਲ 'ਚ ਕਿਉਂ ਮਨਾ ਕਾਲਰ ਵੀ। ਐਕਚੁਅਲੀ ਮੈਂ ਤੁਹਾਨੂੰ ਐਡ ਕਰਨਾ ਚਾਹਾਂਗੀ, ਉਹ ਇੱਕ ਸਸਪੈਂਸ ਐਲੀਮੈਂਟ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਕੌਮੇਡੀ ਦੇ ਨਾਲ ਇੱਕ ਸਸਪੈਂਸ, ਇੱਕ ਥ੍ਰਿਲਿੰਗ, ਇੱਕ ਉਹ ਮਤਲਬ ਸਿਚੁਏਸ਼ਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕੌਮਿਕਲੀ ਇੱਕ ਸਟੋਰੀ ਜੋ ਹੈ ਉਹ ਅੱਗੇ ਵੱਧਦੀ ਜਾਵੇ। ਸੋ ਇਟਸ ਨੋਟ ਕਿ ਅਸੀਂ ਬਸ ਮਾਈਂਡਲੈਸਲੀ ਕੌਮੇਡੀ ਕਰ ਰਹੇ ਹਾਂ, ਪਰ ਉਹਦਾ ਕੋਈ ਸਟੋਰੀ ਦਾ ਕੋਈ ਬਿਗਿਨਿੰਗ, ਮਿਡਲ ਐਂਡ ਐਂਡ ਨਹੀਂ ਹੈਗਾ। ਸੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹ ਪੂਰਾ ਇੱਕ ਜੋ ਸਟੋਰੀ ਚੱਲ ਰਹੀ ਹੈ ਉਹ ਕੌਮਿਕਲੀ ਇਨ ਸਿਚੁਏਸ਼ਨਸ ਅੱਗੇ ਆਏ ਸਾਹਮਣੇ। ਜੀ, ਕਾਲਜਾਂ ਦੀ ਪ੍ਰਮੋਸ਼ਨ ਦੀ ਬਹੁਤ ਇੰਪੋਰਟੈਂਸ ਹੁੰਦੀ ਹੈ ਜੀ, ਕਾਲਜ 'ਚ ਜਾ ਕੇ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਸਾਡੀ ਫਿਲਮ ਪਹੁੰਚ ਗਈ? ਸਾਨੂੰ ਐਨਰਜੀ ਮਿਲ ਗਈ, ਸਾਨੂੰ ਅੱਜ ਕਾਲਜਾਂ ਜਾ ਕੇ ਇੰਨੇ ਬੂਸਟ ਮਿਲ ਗਿਆ। ਸੋ ਮਤਲਬ ਸਾਡੇ ਵੀ ਐਂ ਲੱਗਦਾ ਸੀ ਵੀ ਯਾਰ ਇੰਨਾ ਪਿਆਰ ਦੇ ਰਹੇ ਨੇ ਸਾਰੇ ਜਣੇ, ਹਾਲਾਂਕਿ ਮੇਰੀ ਪਹਿਲੀ ਫਿਲਮ ਆ, ਮੈਨੂੰ ਕੋਈ ਜਾਣਦਾ ਨਹੀਂ ਹੈਗਾ। ਸੋ ਮੈਂਡੀ ਦੀ ਸਪੋਰਟ ਆ ਜੀ ਹਰ ਪੱਖੋਂ, ਮਤਲਬ ਫਿਲਮ ਦਾ ਪੋਸਟਰ ਆਇਆ, ਟੀਜ਼ਰ ਆਇਆ, ਟ੍ਰੇਲਰ ਆਇਆ, ਸੋ ਸਾਰੀਆਂ ਚੀਜ਼ਾਂ ਨੂੰ ਇੰਨਾ ਪਿਆਰ ਦਿੱਤਾ ਗਿਆ, ਮਤਲਬ ਮੈਂ ਤਾਂ ਵਾਹਿਗੁਰੂ ਦਾ ਸ਼ੁਕਰ ਗੁਜ਼ਾਰ ਹਾਂ ਇਹ ਚੀਜ਼ ਪੱਖੋਂ।
ਸੋ ਅੱਜ ਵੀ ਸਾਨੂੰ ਕਾਲਜਾਂ 'ਚ ਬਹੁਤ ਪਿਆਰ ਦਿੱਤਾ, ਹਰੇਕ ਇਨਸਾਨ ਹਰੇਕ ਮਤਲਬ ਖਿੜੇ ਮੱਥੇ ਮਿਲੇ ਨੇ ਸਾਰੇ ਜੀ, ਸਾਰੇ ਖਿੜੇ ਮੱਥੇ ਮਿਲੇ। ਹਾਂਜੀ, ਸੋ ਜੇ ਮਿਨਹਾਸ ਸਾਹਿਬ ਬਹੁਤ ਵੱਡੇ ਕਾਰੋਬਾਰੀ ਨੇ ਕੈਨੇਡਾ ਦੇ, ਸੋ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਪੰਜਾਬੀ ਫਿਲਮ ਇੰਡਸਟਰੀ ਦੀ NRIs ਦਾ ਬਹੁਤ ਵੱਡਾ ਯੋਗਦਾਨ ਰਿਹਾ, ਭਾਵੇਂ ਜਦੋਂ ਪੰਜਾਬ 'ਚ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ, ਭਾਵੇਂ ਸ਼ੁਰੂਆਤ ਦੇ ਵਿੱਚ ਫਿਲਮਾਂ ਬਹੁਤ ਕਾਮਯਾਬ ਨਹੀਂ ਰਹੀਆਂ, ਪਰ ਸਾਡੇ NRIs ਨੇ ਬਹੁਤ ਵੱਡਾ ਇਹਦੇ 'ਚ ਯੋਗਦਾਨ ਦਿੱਤਾ। ਇਸ ਵੇਲੇ ਤੁਸੀਂ ਨਿਊਜ਼ੀਲੈਂਡ, ਆਸਟ੍ਰੇਲੀਆ, ਕੈਨੇਡਾ, USA, ਟੋਰੰਟੋ ਸਾਰੇ ਮੁਲਕਾਂ ਦੇ ਵਿੱਚ ਇਸ ਸ਼ੋਅ ਨੂੰ ਵੇਖ ਵੀ ਰਹੇ ਹੋ, ਔਰ ਬਹੁਤ ਬਹੁਤ ਵਾਰੀ ਇਹ ਸ਼ੋਅ ਹੈ ਜਿਹੜਾ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਵੇਖਣ ਨੂੰ ਮਿਲੇਗਾ। ਸੋ ਖਾਸ ਤੌਰ 'ਤੇ ਮੈਂ ਮਿਨਹਾਸ ਸਾਹਿਬ ਦਾ ਜ਼ਿਕਰ ਇਸ ਕਰਕੇ ਕਰ ਰਿਹਾ ਕਿ ਇੱਕ ਸਾਲ ਪਹਿਲਾਂ, ਡੇਢ ਸਾਲ ਪਹਿਲਾਂ ਜਦੋਂ ਮਿਨਹਾਸ ਸਾਹਿਬ ਦੇ ਨਾਲ ਮੁਲਾਕਾਤ ਹੋਈ ਤਾਂ ਉਹਨਾਂ ਦੇ ਮਨ ਦੇ ਵਿੱਚ ਇਹ ਸੋਚ ਸੀ ਕਿ ਅਗਰ ਅਸੀਂ NRI ਵੀ ਪੰਜਾਬੀ ਫਿਲਮਾਂ ਦੀ ਇੰਡਸਟਰੀ ਦੇ ਵਿੱਚ ਸ਼ਾਮਲ ਹੋਈਏ ਅਤੇ ਇਹਦੇ ਨਾਲ ਇੰਟਰਨੈਸ਼ਨਲ ਪੱਧਰ 'ਤੇ ਅਸੀਂ ਪੰਜਾਬੀ ਫਿਲਮ ਇੰਡਸਟਰੀ ਨੂੰ ਹੋਰ ਬੁਲੰਦੀ 'ਤੇ ਲਿਜਾ ਸਕਦੇ ਹਾਂ। ਸੋ ਮਿਨਹਾਸ ਵਰਗੇ ਜਿਹੜੇ ਕਾਰੋਬਾਰੀ ਨੇ ਫਿਲਮ ਇੰਡਸਟਰੀ ਦੇ ਵਿੱਚ ਆਏ ਨੇ, ਇਹਦੇ ਨਾਲ ਇੰਪਲਾਇਮੈਂਟ ਵੀ ਨਿਸ਼ਚਿਤ ਤੌਰ ਦੇ ਉੱਤੇ ਜਨਰੇਟ ਹੋਣੀ ਹੈ ਅਤੇ ਆਉਂਦੇ ਦਿਨਾਂ ਦੇ ਵਿੱਚ ਹੋਰ ਕਾਰੋਬਾਰੀ ਵੀ ਨਿਸ਼ਚਿਤ ਤੌਰ ਦੇ ਉੱਤੇ ਸਾਡੇ ਨਾਲ ਸ਼ਾਮਲ ਹੋਣਗੇ। ਮੈਂਡੀ ਜੀ, ਫਿਲਮ ਦਾ ਜਿਹੜਾ ਇਹ ਕੰਪੇਨ ਦਾ ਦੌਰ ਹੁੰਦਾ, ਪ੍ਰਚਾਰ ਦਾ ਦੌਰ ਹੁੰਦਾ, ਇਹਦੀ ਇੰਪੋਰਟੈਂਸ ਕੀ ਹੁੰਦੀ ਹੈ? ਤੁਸੀਂ ਬਹੁਤ ਕੰਪੇਨਿੰਗ ਕੀਤੀ ਹੋਣੀ ਹੈ ਬਹੁਤ ਵਾਰੀ ਜੀ, ਇਹ ਬਹੁਤ ਜ਼ਿਆਦਾ ਇੰਪੋਰਟੈਂਸ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਮੈਂ ਜਦੋਂ ਜੋਬਨ ਨਾਲ ਗੱਲ ਕਰ ਰਹੀ ਸੀ, ਮੈਂ ਇਹਨਾਂ ਨੂੰ ਇੱਕ ਵਾਰੀ ਕਹਿ ਰਹੀ ਸੀ ਕਿ ਆਪਾਂ ਨੂੰ ਪ੍ਰਮੋਸ਼ਨਸ ਬਹੁਤ ਜ਼ਿਆਦਾ ਕਰਨੀਆਂ ਪੈਣੀਆਂ, ਕਿਉਂਕਿ ਬੇਸਿਕਲੀ ਇੱਕ ਤੁਸੀਂ ਕਿਤਾਬ ਲਿਖ ਕੇ ਉਹਨੂੰ ਜਿੱਦਾਂ ਘਰੇ ਰੱਖ ਲਓ, ਯੂਨੋ ਇਟ ਵਟਸ ਅ ਯੂਸ, ਯੂਨੋ ਯੂ ਹੈਵ ਟੂ ਟੈਲ ਪੀਪਲ ਕਿ ਇਹ ਅਸੀਂ ਲਿਖੀ ਹੈ ਕਿਤਾਬ ਐਂਡ ਇਹ ਆਹਾ ਹੈ ਕੰਟੈਂਟ ਹੈ, ਐਂਡ ਲੋਕਾਂ ਨੂੰ ਪਤਾ ਤਾਂ ਚੱਲੇ ਕਿ ਤੁਸੀਂ ਬਣਾਇਆ ਕੀ ਹੈ। ਉਸ ਤੋਂ ਬਾਅਦ ਉਹਨਾਂ ਦੀ ਮਰਜ਼ੀ ਕਿ ਉਹ ਦੂਸਰਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਨਹੀਂ ਦੱਸਣਾ ਚਾਹੁੰਦੇ, ਯੂਨੋ ਦੇ ਕੈਨ ਬੀ ਦ ਜੱਜ, ਬਟ ਜਦ ਤੱਕ ਅਸੀਂ ਲੋਕਾਂ ਨੂੰ ਦੱਸਦੇ ਨਹੀਂ ਕਿ ਅਸੀਂ ਬਣਾਈ ਕੀ ਚੀਜ਼ ਹੈ, ਉਹਨਾਂ ਨੂੰ ਪਤਾ ਕਿੱਦਾਂ ਲੱਗੇਗਾ ਤਾਂ ਉਹ ਦੇਖਣ ਕਿੱਦਾਂ ਆਉਣਗੇ। ਸੋ ਪ੍ਰਚਾਰ ਕਰਨਾ ਇਜ਼ ਜ਼ਰੂਰੀ। ਚਲੋ, ਪ੍ਰਚਾਰ ਕਰਨਾ ਜ਼ਰੂਰੀ ਹੈ ਜੀ। ਹੁਣ ਕਿੱਥੇ ਕਿੱਥੇ ਪ੍ਰਚਾਰ ਕੀਤਾ, ਕਿੱਥੇ ਤੁਹਾਨੂੰ ਸਭ ਤੋਂ ਜ਼ਿਆਦਾ ਸਕੂਨ ਮਿਲਿਆ? ਸਾਨੂੰ ਅਗਰ ਲੁਧਿਆਣਾ ਸੀਰੀਅਸਲੀ ਅੱਜ ਬਹੁਤ ਵਧੀਆ ਦਿਨ ਰਿਹਾ ਜੋ ਕਾਲਜ, ਕਿਉਂਕਿ ਅਸੀਂ ਕਾਲਜ ਇੰਟਰੈਕਸ਼ਨ ਜ਼ਿਆਦਾ ਇੱਥੇ ਹੀ ਕੀਤੀਆਂ ਨੇ। ਸੋ ਜੋ ਐਕਸਪੈਸ਼ਲੀ ਖਾਲਸਾ ਕਾਲਜ ਤੋਂ ਜੋ ਬੂਸਟ ਮਿਲਿਆ, ਲਿਟਰਲੀ ਮੈਂ ਆਈ ਥਿੰਕ ਅੱਧੀ ਨੀਂਦ ਜਿਹੀ ਵਿੱਚ ਸੀਗੀ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਇੱਕਦਮ ਜੋ ਸਟੂਡੈਂਟਸ ਨੇ ਯੂਨੋ ਹੂਟਿੰਗ ਕੀਤੀ, ਉਹਨਾਂ ਨੇ ਇੰਨਾ ਮਤਲਬ ਪਿਆਰ ਦੇ ਨਾਲ ਵੈਲਕਮ ਕੀਤਾ, ਤਾਂ ਇੰਨਾ ਪਿਆਰ ਮਹਿਸੂਸ ਹੋਇਆ ਕਿ ਪੂਰਾ ਦਿਨ ਬਸ ਖੁਸ਼ੀ ਖੁਸ਼ੀ ਵਿੱਚ ਲੰਘ ਗਿਆ। ਜੀ ਜੀ, ਚੰਨ ਕੌਰ ਤੁਸੀਂ ਬਣੇ ਹੋ ਇਸ ਫਿਲਮ ਦੇ ਵਿੱਚ, ਬਹੁਤ ਸਾਰੀਆਂ ਫਿਲਮਾਂ 'ਚ ਤੁਹਾਡੇ ਵੱਖਰੇ ਵੱਖਰੇ ਕਿਰਦਾਰ ਰਹੇ ਨੇ, ਹਾਂਜੀ, ਔਰ ਬਹੁਤ ਤੁਹਾਡੀ ਫੈਨ ਫੋਲੋਇੰਗ ਵੀ ਹੈ, ਔਰ ਚੰਨ ਕੌਰ ਵੱਖਰੀ ਨਜ਼ਰ ਆਊਗੀ ਇਸ ਵਾਰ ਬਾਕੀ ਫਿਲਮਾਂ ਦੇ ਮੁਕਾਬਲੇ, ਚੰਨ ਕੌਰ ਦੇ ਕਿਰਦਾਰ ਦੀ ਖਾਸੀਅਤ ਕੀ ਹੋਏਗੀ ਫਿਲਮ 'ਚ? ਸੀ, ਇਸ ਫਿਲਮ ਵਿੱਚ ਮੇਰੇ 'ਤੇ ਇੱਕ ਅਲੱਗ ਹੀ ਪ੍ਰੈਸ਼ਰ ਸੀਗਾ, ਉਹ ਸੀ ਕਿ ਉਹ ਕੁੜੀ ਬੇਸਿਕਲੀ 25 ਪਿੰਡਾਂ ਤੋਂ ਸਭ ਤੋਂ ਸੋਹਣੀ ਹੈ, ਯੂਨੋ, ਸੋ ਉਹ ਕਿਰਦਾਰ ਨੂੰ ਪਲੇ ਕਰਨਾ ਤਾਂ ਹਮੇਸ਼ਾ ਇਹ ਜ਼ਿਹਨ ਵਿੱਚ ਰੱਖਣਾ ਕਿ ਸਾਰਾ ਕੁਛ ਬਹੁਤ ਸੋਹਣਾ ਲੱਗਣਾ ਚਾਹੀਦਾ, ਬਿਕੋਜ਼ ਮੈਂ ਇੰਨਾ ਧਿਆਨ ਦਿੰਦੀ ਹਾਂ ਪਰ ਇੰਨਾ ਵੀ ਨਹੀਂ ਧਿਆਨ ਦਿੰਦੀ ਲੁੱਕਸ ਨੂੰ ਲੈ ਕੇ। ਸੋ ਆਈ ਥਿੰਕ ਇਸ ਫਿਲਮ ਵਿੱਚ ਮੈਂ ਥੋੜ੍ਹਾ ਜਿਹਾ ਐਕਸਟਰਾ ਧਿਆਨ ਦਿੱਤਾ ਸੀ ਕਿ ਮੇਕਅਪ ਠੀਕ ਹੋਵੇ, ਐਂਡ ਯੂਨੋ ਮਤਲਬ ਮੈਂ ਜ਼ਿਆਦਾ ਹਲਵਾਈ ਦੀ ਦੁਕਾਨ 'ਤੇ ਨਾ ਜਾਵਾਂ ਡਿਊਰਿੰਗ ਸ਼ੂਟ, ਜਿਮ ਕਰਦੀ ਰਹਾਂ ਇਨ ਬਿਟਵੀਨ। ਸੋ ਉਹ ਥੋੜ੍ਹਾ ਜਿਹਾ ਇੱਕ ਤਾਂ ਸੋਹਣੇ ਲੱਗਣ ਦਾ ਪ੍ਰੈਸ਼ਰ ਸੀਗਾ ਕਿ ਤਾਂ ਕਿ ਉਹ ਜੋ ਵੀ ਡਾਇਲੋਗਸ ਨੇ, ਜੋ ਵੀ ਗਾਣਾ ਵੀ ਜੋ ਮੇਰੇ 'ਤੇ ਹੈ ਉਹ ਉਹਨੂੰ ਜਸਟੀਫਾਈ ਕਰ ਸਕਾਂ। ਉਸ ਤੋਂ ਇਲਾਵਾ ਇੱਕ ਹੋਰ ਪ੍ਰੈਸ਼ਰ ਸੀਗਾ ਕਿ ਇਹ ਬਹੁਤ ਹੀ ਪੇਂਡੂ ਅਤੇ ਬਹੁਤ ਹੀ ਮਤਲਬ 1971 ਦੀ ਸਟੋਰੀ ਹੈ, ਸੋ ਮੈਨੂੰ ਹਮੇਸ਼ਾ ਇਹ ਹੁੰਦਾ ਕਿ ਮੇਰਾ ਉਹ NRI ਇੰਗਲੈਂਡ ਵਾਲਾ ਕਿਤੇ ਮੈਨਰਿਜ਼ਮਸ ਨਾ ਆ ਜਾਣ, ਜਾਂ ਫਿਰ ਇੱਕ ਟੱਚ ਨਾ ਆ ਜਾਵੇ, ਜਾਂ ਐਕਸੈਂਟ ਨਾ ਆ ਜਾਵੇ ਡਬਿੰਗ ਦੇ ਦੌਰਾਨ।
ਮੋਰ ਇੰਪੋਰਟੈਂਟਲੀ ਮੇਰੀ ਬੋਡੀ ਲੈਂਗੁਏਜ, ਜਦ ਅਸੀਂ ਸ਼ੂਟ ਕਰ ਰਹੇ ਹੁੰਦੇ ਹਾਂ ਮੈਨੂੰ ਇਹੀ ਡਰ ਹੁੰਦਾ ਹੈ ਕਿ ਕਦੇ ਮੇਰਾ ਉਹ ਇੱਕ ਤਾਂ ਮੈਂ ਹੈਗੀ ਟੋਮਬੋਇਸ਼, ਹੈ ਨਾ, ਉੱਪਰੋਂ ਦੈਨ ਆਈ ਐਮ ਥਿੰਕਿੰਗ ਕਿ ਟੋਮਬੋਇਸ਼ ਪਲੱਸ ਬ੍ਰਿਟਿਸ਼, ਉਹ ਕਿਤੇ ਨਾ ਕਿਤੇ ਕਿਰਦਾਰ ਦੇ ਵਿੱਚ ਮਾੜਾ ਜਿਹਾ ਮੇਰਾ ਦਿਖੇ, ਯੂ ਨੋ, ਆਈ ਐਮ ਹੋਪਿੰਗ ਕਿ ਨਹੀਂ ਦਿਖਿਆ, ਸਾਰੇ ਕਹਿ ਤਾਂ ਰਹੇ ਨੇ ਨਹੀਂ ਦਿਖਿਆ, ਬਟ ਜੀ। ਸੋ ਬਹੁਤ ਸਾਰੇ ਮੈਸੇਜਸ ਵੀ ਆ ਰਹੇ ਨੇ, ਬ੍ਰੌਡਵੇ ਸਟੱਡੀ ਵੀਜ਼ਾ ਟੀਮ, ਬ੍ਰੌਡਵੇ ਇਮੀਗ੍ਰੇਸ਼ਨ ਸਾਡਾ ਇਸੇ ਚੈਨਲ ਦੇ ਉੱਤੇ ਉਹਨਾਂ ਦੇ ਰੈਗੂਲਰ ਸਾਡੇ ਸ਼ੋਅਜ਼ ਚੱਲਦੇ ਨੇ, ਸੋ ਉਹਨਾਂ ਵੱਲੋਂ ਵੀ ਗੁੱਡ ਲੱਕ ਆਈ ਹੈ। ਔਰ ਬਹੁਤ ਸਾਰੇ ਤੁਹਾਡੇ ਚਾਹੁਣ ਵਾਲੇ ਮੈਂਡੀ ਜੀ ਔਰ ਜੋਬਨਪ੍ਰੀਤ ਜੀ ਲਗਾਤਾਰ ਮੈਸੇਜਸ ਵੀ ਸਾਨੂੰ ਡਿਲੀਵਰ ਕਰ ਰਹੇ ਨੇ। ਮੈਂਡੀ ਜੀ, ਸਾਰੇ ਪੰਜਾਬ ਦੇ ਸਟੂਡੈਂਟ, ਸਾਡੇ ਬਹੁਤੇ ਸਟੂਡੈਂਟ ਬਾਹਰ ਜਾਣਾ ਚਾਹੁੰਦੇ ਆ, ਤੁਸੀਂ ਕਿੰਨਾ ਕੁ ਹੱਕ 'ਚ ਹੋ ਅਤੇ ਕੀ ਸੁਝਾਅ ਦਿਓਗੇ, ਕਿੰਨੇ ਕੁ ਸਟੂਡੈਂਟ ਨੂੰ ਬਾਹਰ ਜਾਣਾ ਚਾਹੀਦਾ? ਓਕੇ, ਵਜ੍ਹਾ ਕੀ ਹੈ ਕਿ ਬਾਹਰ ਜਾਣਾ ਚਾਹੁੰਦੇ ਹੈ? ਬੇਰੁਜ਼ਗਾਰੀ, ਬੇਰੁਜ਼ਗਾਰੀ ਵਜ੍ਹਾ ਹੈ ਜੀ, ਤੁਸੀਂ ਕੀ ਸਮਝਦੇ ਹੋ, ਤੁਹਾਨੂੰ ਕੀ ਮਹਿਸੂਸ ਹੁੰਦਾ? ਮੈਨੂੰ ਲੱਗਦਾ ਹੈ ਕਿ ਕਾਫੀ ਚਾਂਸਿਸ ਹੈ ਕਿ ਬੇਰੁਜ਼ਗਾਰੀ ਵਜ੍ਹਾ ਹੈ ਬਾਹਰ ਜਾਣ ਦੀ, ਐਂਡ ਆਲਸੋ ਯੂ ਨੋ ਮੇ ਬੀ ਫੈਸਿਲਿਟੀਜ਼ ਬਾਹਰ ਜ਼ਿਆਦਾ ਮਿਲਦੀਆਂ ਨੇ, ਐਟਮੋਸਫੇਅਰ ਅਲੱਗ ਹੈ ਜੀ, ਸੋ ਉਹ ਹੋ ਸਕਦਾ ਹੈ। ਯਾ, ਆਈ ਮੀਨ ਜੇ ਤੁਸੀਂ ਜਾ ਸਕਦੇ ਹੋ ਜਾਓ, ਬਟ ਉਹ ਮਤਲਬ ਸਹੀ ਤਰੀਕੇ ਨਾਲ, ਸਹੀ ਤਰੀਕੇ ਨਾਲ, ਸਹੀ ਤਰੀਕੇ ਨਾਲ। ਚਲੋ, ਇਹ ਵੱਡੀ ਕੰਸਰਨ ਹੈ ਕਿ ਜਦੋਂ ਵੀ ਤੁਸੀਂ ਜਾਣਾ ਹੈ ਸੋ ਤੁਸੀਂ ਸਹੀ ਤਰੀਕੇ ਦੇ ਨਾਲ ਬਾਹਰ ਜਾਣਾ। ਅਦਰ ਤਰੀਕੇ ਆਰ ਡੇਂਜਰਸ, ਯੂ ਕੈਨ ਆਪਣੀ ਲਾਈਫ ਤੁਸੀਂ ਡੇਂਜਰ ਵਿੱਚ ਪਾ ਸਕਦੇ ਹੋ ਜੇ ਗਲਤ ਤਰੀਕੇ ਨਾਲ ਜਾਓ ਬਾਹਰ ਜੀ। ਦੋ ਚਾਰ ਗੱਲਾਂ ਮੈਂ ਹੋਰ ਲਾਉਂਗਾ। ਕਮਲਜੀਤ ਹੋਣੀ ਡਾਇਰੈਕਟਰ ਵੀ ਹੈ, ਰਾਈਟਰ ਵੀ ਹੈ ਜੀ, ਔਰ ਜੇ ਮਿਨਹਾਸ ਸਾਹਿਬ ਔਰ ਰੁਪਿੰਦਰ ਮਿਨਹਾਸ ਸਾਹਿਬ ਪ੍ਰੋਡਿਊਸਰ ਨੇ ਜੀ, ਔਰ ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਫਿਲਮ ਬੜੀ ਅੱਛੀ ਬਣੀ ਹੈ, ਮਿਊਜ਼ਿਕ ਬਾਰੇ ਤੁਹਾਡਾ ਗਿੱਧੇ ਵਾਲਾ ਗਾਣਾ ਹੈ ਉਹ ਵੀ ਕਾਫੀ ਪਸੰਦ ਕੀਤਾ ਜਾ ਰਿਹਾ, ਅਸੀਂ ਵੀ ਟੈਲੀਵਿਜ਼ਨਾਂ 'ਤੇ ਚਲਾ ਰਹੇ ਹਾਂ, ਵੇ ਸੱਜਣਾ ਹਾਂਜੀ ਉਹ ਵੀ ਕਾਫੀ ਜ਼ਿਆਦਾ ਬਿਲਕੁਲ, ਅਤੇ ਮਿਊਜ਼ਿਕ ਪੱਖੋਂ ਤੁਹਾਡੀ ਨਜ਼ਰ 'ਚ ਫਿਲਮ ਕਿੱਥੇ ਖੜੀ ਹੈ? ਮਿਊਜ਼ਿਕ ਪੱਖੋਂ, ਮਿਊਜ਼ਿਕ ਬੜਾ ਇੰਪੋਰਟੈਂਟ ਆ ਸਾਨੂੰ, ਮਤਲਬ ਮੈਂ ਆਪਦੇ ਪਰਸਨਲ ਦੱਸਾਂ ਵੀ ਮੈਨੂੰ ਇਹ ਲੱਗਦਾ ਵੀ ਹੁਣ ਤੱਕ ਦਾ ਸਭ ਤੋਂ ਮੇਰੀ ਲਾਈਫ ਦਾ ਸਭ ਤੋਂ ਬੈਸਟ ਮਿਊਜ਼ਿਕ ਸਾਖ ਫਿਲਮ ਦਾ ਮੈਨੂੰ ਲੱਗ ਰਿਹਾ ਜੀ, ਬਿਕੋਜ਼ ਸੌਂਗ ਕੈਲਾਸ਼ ਖੇਰ ਸਾਹਿਬ ਨੇ ਗਾਇਆ, ਬੀਤ ਬਲਜੀਤ ਸਾਹਿਬ ਨੇ ਲਿਖੇ ਨੇ, ਸੋ ਪਹਿਲਾਂ ਉਹ ਗਾਣਾ ਸੁਣ ਲਓ ਤੁਸੀਂ, ਤੁਹਾਨੂੰ ਕੋਈ ਵੀ ਤੁਹਾਨੂੰ ਇਹਦੇ 'ਚ ਮਾੜਾ ਸ਼ਬਦ ਨਹੀਂ ਸੁਣੂਗਾ, ਸਾਰੇ ਸ਼ਬਦ ਬੜੇ ਹੀ ਪਿਆਰੇ ਯੂਜ਼ ਕੀਤੇ ਹੋਏ ਨੇ ਸਾਰੇ ਗੀਤਾਂ ਦੇ ਵਿੱਚ ਜੀ। ਕੈਲਾਸ਼ ਖੇਰ ਵਾਲਾ ਗੀਤ ਸਮਝ ਲਓ ਤੁਸੀਂ, ਬੀਤ ਬਲਜੀਤ ਸ਼ਿਵਰਾਜ ਕੌਰ ਨੇ ਗਾਇਆ ਪ੍ਰਮੋਸ਼ਨਲ ਸੌਂਗ, ਅਤੇ ਹਰਸ਼ਦੀਪ ਕੌਰ ਨੇ ਗਾਇਆ, ਮੰਨਤ ਨੂਰ ਨੇ ਗਾਇਆ, ਅਤੇ ਕਰਤਾਰ ਕਮਲ ਨੇ ਟੱਪੇ ਗਾਏ ਨੇ, ਸੋ ਮੈਂ ਇਹੀ ਕਹੂੰਗਾ ਵੀ ਆਈ ਲਵ ਦਾ ਮਿਊਜ਼ਿਕ ਆਫ ਸਾਖ। ਮੈਨੂੰ ਜੀ ਤੁਹਾਡੀ ਟਿੱਪਣੀ ਮਿਊਜ਼ਿਕ ਨੂੰ ਲੈ ਕੇ, ਹਾਂਜੀ ਜਦੋਂ ਤੁਹਾਡੀ ਮਿਊਜ਼ਿਕ 'ਚ ਕੋਈ ਪਾਰਟਿਸਿਪੇਸ਼ਨ ਰਹਿੰਦੀ ਹੈ? ਅੱਜ ਤੋਂ ਵੇ ਸੱਜਣਾ ਜੋ ਕਹਿੰਦੇ ਨੇ ਉਹਦਾ ਮਤਲਬ ਕੀ ਹੁੰਦਾ ਹੈ ਨਾ, ਮੈਂ ਥੋੜਾ ਜਿਹਾ ਹਾਂ ਠੀਕ ਹੈ ਠੀਕ ਹੈ, ਜਸਟ ਰਿਮੈਂਬਰ ਜੋਬਨ ਮੈਨੂੰ ਸੁਣਾਉਣ ਆਇਆ ਸੀ ਮੇਰੀ ਵੈਨਿਟੀ ਵਿੱਚ, ਐਂਡ ਦੈਨ ਹੀ ਵਾਸ ਸੋ ਐਂਗਰੀ, ਇਹਨਾਂ ਨੇ ਜ਼ੋਰ ਨਾਲ ਵੈਨਿਟੀ ਦੇ ਦਰਵਾਜ਼ਾ ਮਾਰਿਆ, ਮੈਂ ਨਾ ਸ਼ੂਟ ਕਰਨ ਗਏ, ਸ਼ੂਟ ਕਰਨ ਗਏ ਤਾਂ ਫਿਰ ਮੈਨੂੰ ਲੱਗਿਆ ਕਿ ਨਹੀਂ ਬਹੁਤ ਹੀ ਡਿਫਰੈਂਟ ਐਂਡ ਬਹੁਤ ਹੀ ਬਿਊਟੀਫੁਲ ਗਾਣਾ ਹੈ, ਐਂਡ ਮੈਂ ਸਿਰਫ ਆਈ ਥਿੰਕ ਯੂਜ਼ ਟੂ ਨਹੀਂ ਸੀ ਕਿ ਇੱਦਾਂ ਦਾ ਗਾਣਾ ਸੁਣਾ ਮੈਂ, ਉਹ ਯੂ ਨੋ ਲਾਈਕ ਇੱਕ ਇੱਕ ਹੁੰਦਾ ਪੰਜਾਬੀ ਫਿਲਮਾਂ ਵਿੱਚ ਇੱਕ ਚਕਲਾ ਤਰਲਾ, ਚਕਲਾ ਤਰਲਾ, ਇਹਨਾਂ ਨੂੰ ਦੇਖਿਆ ਵੀ ਆ ਇੰਨਾ, ਮਤਲਬ ਮੈਨੂੰ ਲੱਗਦਾ ਵੀ ਤੁਸੀਂ ਉਮੀਦ ਹੀ ਨਹੀਂ ਕੀਤੀ ਵੀ ਇੰਨਾ ਵਧੀਆ ਗਾਣਾ ਵੀ ਆ ਸਕਦਾ ਜੀ। ਬਹੁਤ ਹੀ ਪਿਆਰਾ ਗਾਣਾ। ਕੁੱਲ ਕਿੰਨੇ ਗਾਣੇ ਨੇ ਫਿਲਮ ਦੇ ਵਿੱਚ? ਮੈਂ ਹਾਲੇ ਤੱਕ 3 ਸੁਣੇ ਨੇ, ਇੱਕ ਤਾਂ ਮੇਰੇ ਖਿਆਲ ਕੱਲ ਹੀ ਰਿਲੀਜ਼ ਹੋਇਆ। ਹਾਂਜੀ, ਪੰਜ ਗਾਣੇ ਨੇ, 4 ਸੌਂਗ ਨੇ, ਬਾਕੀ 5ਵੇਂ ਟੱਪੇ ਨੇ ਜੀ, ਜਿਹੜੇ ਫਿਲਮ ਦੇ ਵਿੱਚ ਥੋੜੇ ਥੋੜੇ ਟਾਈਮ ਬਾਅਦ ਸਿਚੁਏਸ਼ਨ ਦੇ ਅਕੋਰਡਿੰਗ ਚੱਲਣਗੇ ਜੀ। ਕਾਮੇਡੀ ਹੈ ਫਿਲਮ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਕਹਿੰਦੇ ਕਾਮੇਡੀ ਵਾਲਾ ਫਿਲਮ ਚੱਲਦੀ? ਦੇਖੋ, ਮੈਂ ਇੱਕ ਚੀਜ਼ ਇਹ ਕਲੀਅਰ ਕਰਨਾ ਚਾਹੁੰਦਾ ਵੀ ਇਹ ਫਿਲਮ ਰੋਮਾਂਟਿਕ ਕਾਮੇਡੀ ਆ, ਮਤਲਬ ਸਾਡੇ ਦਿਮਾਗ ਦੇ ਵਿੱਚ ਇਹ ਸੀਗਾ ਵੀ ਅਸੀਂ ਸਾਰੇ ਹੀ ਕੰਮ ਕਾਰ ਕਰਦੇ ਹਾਂ ਨਾ, ਸੋ ਇੱਕ ਦਿਨ ਅਸੀਂ ਚਾਹੁੰਦੇ ਹੁੰਦੇ ਵੀ ਅਸੀਂ ਥੋੜ੍ਹਾ ਟਾਈਮ ਆਪਣੇ ਪਰਿਵਾਰ ਨਾਲ ਜਾਂ
ਕਿਸੇ ਨਾਲ ਜੇ ਆਪਾਂ ਥੀਏਟਰ ਕਾਹਦੇ ਲਈ ਜਾਂਦੇ ਹਾਂ, ਆਊਟਿੰਗ ਕਾਹਦੇ ਲਈ ਕਰਦੇ ਹਾਂ, ਇੰਟਰਟੇਨਮੈਂਟ ਲਈ ਕਰਦੇ ਹਾਂ ਵੀ ਅਸੀਂ ਖੁਸ਼ ਹੋਈਏ ਜਾ ਕੇ, ਹੈ ਨਾ, ਸਾਡੇ ਦਿਲ ਨੂੰ ਸਕੂਨ ਮਿਲੇ, ਦਿਮਾਗ ਨੂੰ ਸਕੂਨ ਮਿਲੇ, ਜਾਂ ਅਸੀਂ ਫੈਮਿਲੀ ਨਾਲ ਜਾ ਰਹੇ ਹਾਂ ਤਾਂ ਵੀ ਅਸੀਂ ਖੁਸ਼ ਹੋ ਕੇ ਆਈਏ, ਹੈ ਨਾ, ਕੋਈ ਨਹੀਂ ਚਾਹੁੰਦਾ ਬਾਹਰੋਂ ਦੁਖੀ ਹੋ ਕੇ ਆਈਏ। ਸੋ ਅਸੀਂ ਉਸੇ ਚੀਜ਼ ਨੂੰ ਨਜ਼ਰ 'ਚ ਰੱਖਦੇ ਹੋਏ ਵੀ ਫੁੱਲ ਕਮੇਡੀ, ਰੋਮੈਂਟਿਕ, ਸਸਪੈਂਸ, ਸਭ ਕੁਛ ਇਹਦੇ ਫਿਲਮ ਦੇ ਵਿੱਚ ਐਡ ਆਨ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸਭ ਵਧੀਆ ਤਰੀਕੇ ਨਾਲ ਕੀਤਾ ਵੀ ਆ ਜੀ। ਬਾਕੀ ਤੁਸੀਂ 6 ਤਰੀਕ ਨੂੰ ਦੇਖੋਗੇ ਜੀ। ਮੈਂ ਇੱਕ ਤਿਆਰੀ ਦਾ ਸਵਾਲ ਪੁੱਛ ਲਓ ਮੈਂਟੀ ਜੀ, 6 ਤਰੀਕ ਦੀ ਤੁਹਾਡੀ ਤਿਆਰੀ ਕੀ ਹੈ, ਤੁਸੀਂ ਫਿਲਮ ਕਿੱਥੇ ਦੇਖਣੀ? ਅਸੀਂ ਦੇਖਣੀ ਆ ਕੈਨੇਡਾ, ਮੋਸਟ ਲਾਈਕਲੀ ਵੈਂਕੂਵਰ ਚ ਜੀ। ਹਾਂਜੀ, ਹੈ ਨਾ, ਉੱਥੇ ਦੇਖਣ ਜੀ ਆਪਾਂ। ਕੈਨੇਡਾ, ਨਿਊਯਾਰਕ, ਉਹਨਾਂ ਸਾਰੀਆਂ ਥਾਵਾਂ ਤੇ ਤੁਸੀਂ ਕਿਵੇਂ ਕਿਵੇਂ ਪ੍ਰਚਾਰ ਕੀਤਾ? ਅਸੀਂ ਆ ਜਾ ਰਹੇ ਹਾਂ, ਕੱਲ ਨੂੰ ਜਾ ਰਹੇ ਹਾਂ ਇਨਫੈਕਟ। ਅਸੀਂ ਪਹਿਲਾਂ ਵੈਂਕੂਵਰ ਕਰਾਂਗੇ, ਉੱਥੇ ਪ੍ਰੀਮੀਅਰ ਹੋਵੇਗਾ ਜਾਂਦੇ ਸਾਰ। ਦੈਨ ਸਾਡਾ ਪਲਾਨ ਹੈ ਕਿ ਅਸੀਂ ਟੋਰੋਂਟੋ ਜਾਈਏ ਐਂਡ ਹੋਪਫੁਲੀ ਕੈਲਗਰੀ ਜਾਈਏ। ਅਮੈਰੀਕਾ ਤੱਕ ਨਹੀਂ ਪਹੁੰਚੇ ਅਜੇ ਅਸੀਂ ਵੀ, ਬਿਕੋਜ਼ ਆਈ ਡੋਨਟ ਹੈਵ, ਉਸ ਤੋਂ ਬਾਅਦ ਮੈਨੂੰ ਨੈਕਸਟ ਪ੍ਰੋਜੈਕਟ ਸ਼ੁਰੂ ਕਰਨਾ ਪਏਗਾ। ਜੇ ਟਾਈਮ ਹੁੰਦਾ ਤਾਂ ਅਸੀਂ ਹੋਰ ਕਰਦੇ ਰਹਿੰਦੇ ਬਟ ਅਸੀਂ ਕੈਨੇਡਾ ਪ੍ਰੋਪਰਲੀ ਕਵਰ ਕਰ ਲਾਂਗੇ ਜੀ। ਜੀ ਜਬਨ ਜੀ, ਤੁਹਾਡਾ ਕੀ ਪ੍ਰੋਗਰਾਮ ਹੈ 6 ਸਤੰਬਰ ਦਾ, ਤੁਸੀਂ ਵੀ ਨਾਲ ਜਾ ਰਹੇ ਹੋ ਕੈਨੇਡਾ? ਪਤਾ ਹੀ ਹੁਣ ਸੋ ਜਾਣਾ ਹੀ ਪੈਣਾ, ਜਦੋਂ ਪ੍ਰੋਡਿਊਸਰ ਸਾਹਿਬ ਬੁਲਾਉਣਗੇ ਜੀ ਤਾਂ ਸਾਨੂੰ ਜਾਣਾ ਹੀ ਪੈਣਾ ਪ੍ਰਮੋਸ਼ਨ, ਕਿਉਂਕਿ ਪਹਿਲਾਂ ਤਾਂ ਇਹ ਜੀ ਸਾਡੇ ਜੇਮ ਨਿਹਾਸ ਭਾਅ ਜੀ ਅਤੇ ਰੁਪਿੰਦਰ ਨਿਹਾਸ ਭਾਅ ਜੀ ਦਾ ਹੋਮ ਟਾਊਨ ਆ, ਹੈ ਨਾ ਜੀ। ਸੋ ਟੋਰੋਂਟੋ, ਵੈਨਕੂਵਰ, ਵੈਨਕੂਵਰ, ਹੈ ਨਾ। ਸੋ ਜੇ ਅਸੀਂ ਜਿਨ੍ਹਾਂ ਨੇ ਫਿਲਮ ਬਣਾਈ ਆ, ਜਿਨ੍ਹਾਂ ਨੇ ਸਾਡੀ ਹਮੇਸ਼ਾ ਬੈਕਬੋਨ ਬਣ ਕੇ ਖੜ੍ਹੇ ਰਹੇ ਨੇ, ਸਾਨੂੰ ਕਦੇ ਪਿੱਠ ਨਹੀਂ ਲੱਗਣ ਦਿੱਤੀ, ਸਾਡੀ ਸਾਡੇ ਪਹਿਲੇ ਪਹਿਲੇ ਬੋਲ ਪਗਾਏ ਨੇ, ਜੇ ਅਸੀਂ ਉਹਨਾਂ ਦੇ ਟਾਊਨ 'ਚ ਜਾ ਕੇ, ਉਹਨਾਂ ਦੇ ਸਿਟੀ 'ਚ ਜਾ ਕੇ ਅਸੀਂ ਫਿਲਮ ਦਾ ਪ੍ਰਚਾਰ ਨਹੀਂ ਕਰਾਂਗੇ ਤਾਂ ਕਿੱਥੇ ਕਰਾਂਗੇ ਹੋਰ, ਹੈ ਨਾ। ਸੋ ਉਹ ਇੰਨੇ ਮਾਣ ਨਾਲ, ਪ੍ਰਾਊਡ ਨਾਲ ਸਾਨੂੰ ਬੁਲਾ ਰਹੇ ਨੇ, ਅਸੀਂ ਉੱਥੇ ਜਾ ਕੇ ਅਸੀਂ ਖੁਸ਼ੀ ਖੁਸ਼ੀ ਜਾ ਰਹੇ ਹਾਂ ਤਾਂ ਕਿ ਉੱਥੇ ਅਸੀਂ ਫਿਲਮ ਨੂੰ ਪ੍ਰਮੋਟ ਕਰ ਸਕੀਏ। ਬਿਲਕੁਲ, ਇੱਕ ਮੇਰੀ ਪਸੰਦ ਦੇ ਹੋਰ ਕਲਾਕਾਰ ਵੀ ਨੇ ਇਸ ਫਿਲਮ ਦੇ ਵਿੱਚ ਤੁਹਾਡੇ ਤੋਂ ਇਲਾਵਾ, ਮੁਕੁਲ ਦੇਵ। ਹਾਂਜੀ, ਸੋ ਮੁਕੁਲ ਦੇਵ ਉਹਨਾਂ ਨਾਲ ਤੁਹਾਡਾ ਤਜਰਬਾ ਮੈਂਡੀ ਜੀ ਕਿੱਦਾਂ ਦਾ ਰਿਹਾ? ਤੁਸੀਂ ਪਹਿਲਾਂ ਵੀ ਉਹਨਾਂ ਨਾਲ ਕਦੀ ਕੰਮ ਕੀਤਾ? ਮੈਂ ਉਹਨਾਂ ਨਾਲ ਨਹੀਂ ਕੰਮ ਕੀਤਾ, ਮੈਂ ਉਹਨਾਂ ਦੇ ਬ੍ਰਦਰ ਨਾਲ ਕੰਮ ਕੀਤਾ ਸੀ ਜੀ, ਮਿਰਜ਼ਾ ਜੀ, ਐਂਡ ਬਹੁਤ ਹੀ ਬਿਹਤਰੀਨ ਐਕਟਰ ਰਾਹੁਲ ਜੀ। ਐਂਡ ਦੈਨ ਜਦੋਂ ਹੁਣ ਮੈਂ ਮੁਕੁਲ ਦੇਵ ਜੀ ਨੇ ਮੇਰੇ ਕੋਲ ਇੰਨੇ ਸੀਨਸ ਨਹੀਂ ਸੀਗੇ, ਪਰ ਜਦੋਂ ਮੈਂ ਉਹਨਾਂ ਨੂੰ ਅਬਜ਼ਰਵ ਕਰਦੀ ਸੀ ਐਕਟਿੰਗ ਕਰਦੇ ਸਮੇਂ, ਐਂਡ ਆਈ ਵਾਸ ਲਾਈਕ ਇਹਨਾਂ ਦੇ ਖੂਨ 'ਚ ਹੀ ਆ ਐਕਟਿੰਗ, ਇਹਨਾਂ ਦੇ ਇੰਨੀ ਨੈਚੁਰਲੀ ਉਹ ਕਰਦੇ ਨੇ, ਇੰਨੀ ਵਧੀਆ ਤਰੀਕੇ ਨਾਲ ਕਰਦੇ ਨੇ, ਮਤਲਬ ਪ੍ਰੋਪਰਲੀ ਕੈਰੇਕਟਰ ਦੇ ਵਿੱਚ ਦੋਨੋਂ ਹੀ ਜਾਣੇ ਐਂਡ ਲਾਈਕ ਪ੍ਰੋਪਰਲੀ ਅੰਦਰ ਬੜੇ ਹੁੰਦੇ ਨੇ ਜੀ। ਤੁਹਾਡਾ ਤਜਰਬਾ ਕਿੰਨਾ ਕਰਿਆ ਮੁਕੁਲ ਦੇਵ ਜੀ ਨਾਲ? ਮੇਰੀ ਮੁਕੁਲ ਦੇਵ ਭਾਅ ਜੀ ਨਾਲ ਜੀ 3 ਫਿਲਮ ਹੈ ਬੇਸਿਕਲੀ ਜੀ। ਸੋ ਸਾਡੀ ਬੌਂਡਿੰਗ ਬਹੁਤ ਸੋਹਣੀ ਹੋਈ ਆ ਸਾਡੀ ਆਪਸ ਵਿੱਚ, ਸਾਡੀ ਦੋ ਪਹਿਲੀਆਂ ਦੋ ਫਿਲਮਾਂ ਤੁਸੀਂ ਕੀਤੀਆਂ। ਮੇਰੀ ਦੋਸਤੀ ਬਹੁਤ ਗਹਿਰੀ ਹੋ ਗਈ ਹੈ ਨਾ, ਹਰ ਪੱਖੋਂ ਅਸੀਂ ਸੀਨ ਡਿਸਕਸ਼ਨ ਵੀ ਕਰ ਲੈਂਦੇ ਸੀ ਸਟਾਰਟ, ਪਹਿਲਾਂ ਤੋਂ ਪਹਿਲਾਂ ਅਸੀਂ ਉਹਨੂੰ ਅਲੱਗ ਅਲੱਗ ਵੇਰੀਏਸ਼ਨ ਦੇਖ ਵੀ ਲੈਂਦੇ ਸੀ ਜਾਂ ਇੱਦਾਂ ਕਰੀਏ ਇੱਦਾਂ ਕਰੀਏ, ਹੈ ਨਾ। ਸੋ ਉਹਨਾਂ ਨਾਲ ਕਾਫੀ ਵਧੀਆ ਸਟਰੋਂਗ ਬੌਂਡਿੰਗ ਹੈ ਮੇਰੀ ਜੀ। ਹਾਂਜੀ, ਹਾਂਜੀ, ਸਾਡੀ ਮਤਲਬ ਇਹ ਕਹਿ ਸਕਦਾ ਵੀ ਤੁਸੀਂ ਪੰਜਾਬੀ ਫਿਲਮ ਦੇ ਵਿੱਚ ਮੇਰੇ ਅਤੇ ਮੈਂਟੀ ਤੋਂ ਇਲਾਵਾ ਇੱਕ ਮੁਕਲ ਕਰਮਾ ਅਤੇ ਭੋਲੇ ਦੀ ਜੋੜੀ ਵੀ ਦੇਖੋਗੇ, ਜਿਹੜੀ ਕਿ ਜਿਹਨੂੰ ਤੁਸੀਂ ਇੰਨਾ ਇੰਜੋਏ ਕਰੋਗੇ, ਹੱਸੋਗੇ ਉਹ ਜੋੜੀ 'ਤੇ। ਕਰਮਾ ਅਤੇ ਭੋਲਾ, ਕਰਮਾ ਅਤੇ ਭੋਲਾ ਜੀ ਜੀ। ਸੋ ਦੇਖੋ ਤੁਹਾਡੇ ਚਾਹੁਣ ਵਾਲੇ ਫੋਲੋ ਕਰਦੇ ਰਹਿੰਦੇ ਆ ਜੀ। ਹਾਂਜੀ, ਸੋ ਲੋਕ ਪਛਾਣ ਲੈਂਦੇ ਨੇ ਕਿ ਕਦੋਂ ਕਿੱਥੇ ਮਿਲੇ ਸੀ। ਮੈਂਟੀ ਜੀ, ਲਾਸਟ ਸਾਡੇ ਕੋਲ 4-5 ਮਿੰਟ ਇਸ ਸ਼ੋਅ ਦੇ ਵਿੱਚ ਹੁਣ ਬਾਕੀ ਹੈ, ਸਿਰਫ ਬਾਕੀ ਹੈ। ਮੈਂਟੀ ਜੀ, ਮੈਂ 2-4 ਗੱਲਾਂ ਕਰੂੰਗਾ। ਪਹਿਲੀ ਤਾਂ ਗੱਲ, ਮੈਂ ਆਮ ਤੌਰ 'ਤੇ ਐਂਟਰਟੇਨਮੈਂਟ ਦੀਆਂ ਇੰਟਰਵਿਊਜ਼ ਨਹੀਂ ਕਰਦਾ, ਸੋ ਮੇਰੇ ਲਈ ਸ਼ਾਇਦ ਇਹ ਪਹਿਲੀ ਦੂਜੀ ਇੰਟਰਵਿਊ ਹੋਣੀ, ਸੋ ਮੇਰੇ ਕੋਲੋਂ ਉਸ ਤਰੀਕੇ ਦੇ ਸਵਾਲਾਂ ਦੀ ਉਮੀਦ ਨਾ ਕਰਿਓ ਜਿਹੜੇ ਐਂਟਰਟੇਨਮੈਂਟ ਵਾਲੇ ਕਰਦੇ। ਸੋ
ਜਿਵੇਂ ਤੁਸੀਂ ਜ਼ਿਕਰ ਕੀਤਾ, ਮੈਂ ਇਹ ਜਾਣਨਾ ਚਾਹੁੰਦਾ ਪੰਜਾਬੀ ਫਿਲਮ ਇੰਡਸਟਰੀ ਦੇ ਜ਼ਰੀਏ ਅਸੀਂ ਪੰਜਾਬੀਅਤ ਨੂੰ ਕੈਨੇਡਾ ਚ, ਅਮਰੀਕਾ ਚ, USA ਚ ਕਿੰਨਾ ਕੁ ਲੈ ਗਏ ਆ? ਕਿਉਂਕਿ ਤੁਸੀਂ ਲੋਕ ਬਾਹਰ ਰਹਿੰਦੇ ਹੋ ਬਹੁਤ ਜ਼ਿਆਦਾ ਲੈ ਕੇ ਗਏ ਆ। ਐਂਡ ਇਨ ਫੈਕਟ ਜਿਹੜੇ ਲੋਕ ਇੰਗਲੈਂਡ ਰਹਿੰਦੇ ਨੇ ਤੇ ਕੈਨੇਡਾ ਰਹਿੰਦੇ ਨੇ, ਉਹ ਪੰਜਾਬੀ ਫਿਲਮਾਂ ਬਹੁਤ ਚਾਹ ਕੇ ਦੇਖਦੇ ਨੇ, ਤਾਂ ਕਿ ਉਹਨਾਂ ਨੂੰ ਉਹਨਾਂ ਦਾ ਲਿੰਕ ਇਹੀ ਹੈ ਪੰਜਾਬੀ ਸਿਨੇਮਾ, ਯੂ ਨੋ। ਸੋ ਉਹ ਦੇਖਦੇ ਨੇ ਐਂਡ ਉਹਨਾਂ ਨੂੰ ਲੱਗਦਾ ਰਹਿੰਦਾ ਹੈ ਕਿ ਉਹ ਹਜੇ ਵੀ ਕਿਤੇ ਨਾ ਕਿਤੇ ਉੱਥੇ ਨੇ, ਖਾਸ ਕਰਕੇ ਜਿਹੜੀ ਸਾਡੀ ਫੈਮਲੀ ਪੇਰੈਂਟਸ ਦੀ ਜਨਰੇਸ਼ਨ ਹੈ। ਫਿਰ ਸਾਡੇ ਜੋ ਪੇਰੈਂਟਸ ਦੀ ਜਨਰੇਸ਼ਨ ਹੈ ਉਹ ਪੁਸ਼ ਕਰਦੇ ਨੇ ਉਹਨਾਂ ਦੇ ਬੱਚਿਆਂ ਨੂੰ ਕਿ ਤੁਸੀਂ ਵੀ ਆਓ, ਫਿਲਮ ਦੇਖੋ, ਸੀ ਪੰਜਾਬ, ਸੀ ਇੱਦਾਂ ਦਾ ਹੈ। ਜਦੋਂ ਅਸੀਂ ਉਹਨਾਂ ਨੂੰ ਇੱਕ ਫਿਲਮ ਦਿੰਦੇ ਹਾਂ ਸਾਖ, ਉਹ ਆਪਣੇ ਬੱਚਿਆਂ ਨੂੰ ਕਹਿ ਸਕਦੇ ਹਾਂ ਹਾਂ ਇਹ ਸਾਡਾ ਟਾਈਮ ਸੀ, ਇੱਦਾਂ ਅਸੀਂ ਜਿਉਂਦੇ ਸੀ, ਇੱਦਾਂ ਅਸੀਂ ਰਹੇ ਸੀ। ਕਿਉਂਕਿ ਮੋਸਟ ਆਫ ਦਾ ਪੀਪਲ ਜਿਹੜੇ ਸਾਡੇ ਪੇਰੈਂਟਸ ਦੀ ਜਨਰੇਸ਼ਨ ਦੇ, ਉਹ ਸਾਰੇ ਮੋਸਟ ਆਫ ਦਾ ਪਿੰਡੋਂ ਹੀ ਗਏ ਨੇ। ਸੋ ਉਹ ਜਿਹੜਾ ਪਿੰਡ ਕਲਚਰ ਹੈ, ਉਹਨਾਂ ਕੋਲ ਸਿਰਫ ਮੂਵੀਜ਼ ਨੇ ਦਿਖਾਉਣ ਵਾਸਤੇ ਕਿ ਆਹ ਸਾਡਾ ਪਿੰਡ ਕਲਚਰ ਸੀ, ਇੱਦਾਂ ਹੁੰਦਾ ਸੀ, ਆਹ ਹੁੰਦਾ ਸੀ। ਸੋ ਇਟਸ ਵੈਰੀ ਗੁੱਡ। ਉਹ ਅਸੀਂ ਆਈ ਥਿੰਕ ਜਿਹੜੇ NRIs ਨੇ ਅਬਰੋਡ ਇਨ ਕੈਨੇਡਾ ਐਂਡ ਇੰਗਲੈਂਡ, ਆਈ ਥਿੰਕ ਉਹ ਬਹੁਤ ਗ੍ਰੇਟਫੁਲ ਹੈ ਕਿ ਪੰਜਾਬੀ ਸਿਨੇਮਾ ਗਰੋ ਹੋ ਰਿਹਾ। ਤੁਸੀਂ ਚਲੋ ਮੈਂ ਆਪਣਾ ਉਹੀ ਗਾਣਾ ਗਾ ਦਿੰਦੀ ਹਾਂ ਥੋੜ੍ਹਾ ਜਿਹਾ ਜਿਹੜਾ ਜਸਵੀਰ ਤੇ ਗਾ ਰਹੇ ਹਨ। ਹਾਂਜੀ, ਓਕੇ। ਚੁੰਨੀ ਸਿਰੇ ਉੱਤੇ ਮੁਖੜੇ ਤੇ ਸੰਗਨੀ, ਮੈਨੂੰ ਚੜਿਆ ਜਵਾਨੀ ਵਾਲਾ ਰੰਗਨੀ, ਨੂਰ ਚਿਹਰੇ ਉੱਤੇ ਪੈਂਦਾ ਚੌਂ ਚੌਂ ਕੇ, ਗੱਲਾਂ ਕਰਦੀ ਏ ਵੀਣੀ ਵਾਲੀ ਵੰਗਨੀ, ਗੱਲਾਂ ਗੋਲ ਗੋਲ ਰਹਿੰਦੀ ਹਾਂ ਗੁਲਾਬੀ ਨੀ, ਮੇਰਾ ਵੱਖਰਾ ਹੈ ਤੁਸੀਂ ਵੀ ਦੋ ਸ਼ਬਦ ਅਗਰ ਫੋਨ ਕੀਤੇ ਤੇ ਗਾਣੇ ਚਾਹੀਦੇ ਤੁਹਾਨੂੰ ਵੀ ਸਹਾਇਕ ਕਰਦਾ। ਅਨੂ ਮੈਨੂੰ ਸਪੌਟ ਤੇ ਪਾ ਦਿੰਦੇ ਗਾਓ ਗਾਓ, ਮੈਂ ਕਿਹੜਾ ਪ੍ਰੋਫੈਸ਼ਨਲ ਸਿੰਗਰ ਆ ਕੇ ਗਾਓ ਗਾਓ। ਤੁਸੀਂ ਕਦੀ ਗਾਇਆ ਜੀ ਅੱਜ ਤੱਕ? ਮੈਂ ਇੱਕ ਗਾਣਾ ਕੀਤਾ ਸੀ ਲਾਡੋ ਰਾਣੀ ਕੁਛ ਅਧੀ ਇੱਕ ਸਾਲ ਪਹਿਲਾਂ, ਐਂਡ ਦੈਟਸ ਇਟ। ਪਰ ਮੈਂ ਕੁਛ ਕਦੇ ਕੁਛ ਸਿੱਖਿਆ ਨਹੀਂ ਹੈ, ਬਸ ਹੌਬੀ ਹੈ ਮੇਰੀ ਗਾਣਾ। ਪਰ ਜਦੋਂ ਵੀ ਮੈਨੂੰ ਕੋਈ ਕਹਿ ਦਿੰਦਾ ਕਿ TV ਤੇ ਗਾਓ ਜਾਂ ਰੇਡੀਓ ਤੇ ਗਾਓ, ਮੈਂ ਇੱਕਦਮ ਮੇਰੇ ਅੰਦਰ ਕੁਛ ਹੋਣਾ ਪੈਂਦਾ ਕਿ ਹਾਈ ਸੁਰ ਇੱਧਰ ਦੀ ਉੱਧਰ ਨਾ ਹੋ ਜਾਵੇ। ਬਿਲਕੁਲ ਠੀਕ ਹੈ ਮੈਡਮ ਜੀ। ਤੁਸੀਂ ਆਮ ਤੌਰ ਤੇ ਕਿੰਨੀਆਂ ਕੁ ਫਿਲਮਾਂ ਇੱਕ ਸਾਲ ਦੇ ਵਿੱਚ ਕਰ ਲੈਂਦੇ ਹੋ? ਹੁਣ ਤੱਕ ਕਿੰਨੀਆਂ ਫਿਲਮਾਂ ਕਰ ਲਈਆਂ? ਯੂਜੂਲੀ ਮੈਂ ਇੱਕ ਦੋ ਫਿਲਮਾਂ ਕਰ ਰਹੀ ਸੀ, ਬਟ ਲਾਸਟ ਈਅਰ ਇੰਨਾ ਬੂਮ ਆਇਆ ਟੱਚ ਫੋਰ ਇੰਡਸਟਰੀ ਵਿੱਚ ਕਿ ਆਈ ਥਿੰਕ ਮੈਂ ਲਾਸਟ ਈਅਰ 5 ਫਿਲਮ ਸ਼ੂਟ ਕਰ ਲਈਆਂ ਸੀ ਆਲਮੋਸਟ। ਸੋ ਆਈ ਐਮ ਵੈਰੀ ਹੈਪੀ ਅਬਾਊਟ ਦੈਟ। ਐਂਡ ਸਾਰਿਆਂ ਦਾ ਇਹੀ ਹੁਣ ਟਾਈਮ ਚੱਲ ਰਿਹਾ ਬਿਕੋਜ਼ ਬਹੁਤ ਸਾਰੀਆਂ ਫਿਲਮਾਂ ਬਣ ਰਹੀਆਂ ਨੇ। ਸੋ ਇਸ ਸਾਲ ਵੀ ਮੇਰੀ ਆਈ ਥਿੰਕ 2-3 ਸਾਲ ਤੋਂ ਪਹਿਲਾਂ ਰਿਲੀਜ਼ ਹੋ ਜਾਣੀਆਂ, ਇੰਕਲੂਡਿੰਗ ਸਾਖ ਤੋਂ ਬਾਅਦ ਵੀ 2-3 ਫਿਲਮਾਂ ਰਿਲੀਜ਼ ਹੋ ਰਹੀਆਂ, 2 ਤੋਂ ਐਟਲੀਸਟ ਹੋ ਜਾਣੀਆਂ ਚਾਹੀਦੀਆਂ। ਐਂਡ ਦੈਨ ਅਗਲੇ ਸਾਲ ਵੀ ਰਫਲੀ, ਜੇ ਉਹ ਨਾ ਹੋਈਆਂ ਫਿਰ ਉਹ ਪੁਸ਼ ਫਾਰਵਰਡ ਹੋ ਜਾਣਗੀਆਂ ਟੂ ਨੈਕਸਟ ਈਅਰ, ਐਂਡ ਅਬਾਊਟ 3-4 ਮੋਰ ਕਮਿੰਗ। ਜੀ, ਮੈਂ ਦੋ ਸਵਾਲ ਮੈਂ ਕੈਨੇਡਾ ਔਰ ਇੰਡੀਆ ਦੇ ਕੰਪੈਰੀਜ਼ਨ ਤੇ ਕਰੂੰਗਾ। ਪੰਜਾਬੀ ਫਿਲਮਾਂ ਨੂੰ ਲੈ ਕੇ ਪੰਜਾਬ 'ਚ ਤਾਂ ਤੁਸੀਂ ਮਾਹੌਲ ਦੇਖਦੇ ਹੋ ਜੀ, ਕੈਨੇਡਾ 'ਚ, USA 'ਚ, ਆਸਟ੍ਰੇਲੀਆ 'ਚ, ਨਿਊਜ਼ੀਲੈਂਡ 'ਚ, ਉੱਥੇ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ? ਉਸ ਤਰ੍ਹਾਂ ਵੀ ਉਸ ਤਰ੍ਹਾਂ ਦਾ ਹੀ ਹੈ। ਆਈ ਵੁੱਡ ਸੇ ਕਿ ਕੈਨੇਡਾ ਵਿੱਚ ਥੋੜ੍ਹੇ ਜਿਹੇ ਇੰਗਲੈਂਡ ਨਾਲੋਂ ਹੋਰ ਕਲਚਰ ਨੇ, ਹੋਰ ਆਈ ਵੁੱਡ ਸੇ ਕਿ ਦੇਸੀਪਨਾ ਜਿਹੜਾ ਉਹਨੂੰ ਜ਼ਿਆਦਾ ਨੈਚੁਰਲੀ ਅਪਣਾਉਂਦੇ ਨੇ। ਕਿਹੜੀ ਜਗ੍ਹਾ? ਕੈਨੇਡਾ ਤੋਂ ਮੈਨੂੰ ਲੱਗਿਆ ਕਿ ਉਹ ਥੋੜੇ ਜਿਹੇ ਜ਼ਿਆਦਾ ਮੋਰ ਇਨ ਟੱਚ ਨੇ ਆਪਣੇ ਰੂਟਸ ਦੇ ਨਾਲ, ਜਾਂ ਫਿਰ ਉਹਨਾਂ ਨੂੰ ਕਲਚਰ ਬਾਰੇ ਜ਼ਿਆਦਾ ਪਤਾ ਸੀਗਾ। ਫੋਰ ਐਗਜ਼ਾਮਪਲ ਮੇਰੀ ਜਿਹੜੀ ਭੂਆ ਜੀ ਸੀ, ਉਹਨਾਂ ਨੂੰ ਸਾਰੀਆਂ ਬੋਲੀਆਂ ਆਉਂਦੀਆਂ ਸੀ, ਲਾਈਕ ਸਾਰੀਆਂ। ਸੋ ਆਈ ਵਾਸ ਲਾਈਕ ਓਕੇ ਸੋ ਦਿਸ ਇਜ਼ ਨਾਈਸ। ਹਾਂਜੀ, ਬਿਲਕੁਲ ਠੀਕ ਹੈ। ਦੋ ਬੜੇ ਇੰਪੋਰਟੈਂਟ ਸਵਾਲ ਇਸ ਵਕਤ ਮੈਂ ਕਰੂੰਗਾ। ਫਿਲਮਾਂ 'ਚ ਆਮ ਤੌਰ 'ਤੇ ਅੱਜ ਕੱਲ੍ਹ ਸਾਡਾ ਫਿਰ ਪੇਂਡੂ ਕਲਚਰ ਜ਼ਿਆਦਾ ਦਿਖਾਇਆ ਜਾਣ ਲੱਗਿਆ, ਅਜਿਹੀਆਂ ਫਿਲਮਾਂ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਪਿੰਡ ਦਾ ਕਲਚਰ ਦਿਖਾਇਆ ਜਾਂਦਾ, ਇਹ ਕੈਨੇਡਾ ਅਮਰੀਕਾ ਨੂੰ ਫੋਕਸ ਕਰਕੇ ਬਣਾਇਆ ਜਾਂਦਾ ਜਾਂ ਸਬਬ ਹੈ?
ਪਸੰਦ ਬਹੁਤ ਹੈ ਯੂ نو ਇਹ ਸਾਰਾ ਕਲਚਰ ਐਂਡ ਸਭ ਕੁਝ ਸਾਰਿਆਂ ਨੂੰ ਪਸੰਦ ਬਹੁਤ ਹੈ ਬਿਕਾਜ਼ ਆਪਾਂ ਇੰਨੇ ਇਨ ਮੈਨੀ ਵੇਜ਼ ਵੈਸਟਰਨਾਈਜ਼ਡ ਹੋ ਗਏ ਆ ਜਦੋਂ ਕੋਈ ਪਿੰਡ ਕਲਚਰ ਵਾਲੀ ਫਿਲਮ ਆਉਂਦੀ ਹੈ ਤਾਂ ਸਾਡਾ ਬਸ ਅਤੀ ਮਨ ਪਰ ਆਉਂਦਾ ਹੈ ਜਾਂ ਫਿਰ ਸਾਨੂੰ ਉਹ ਇੱਕ ਸਕੂਨ ਮਿਲਦਾ ਹੈ ਕਿ ਇਹ ਸਾਡਾ ਪਿਛੋਕੜ ਹੈ ਯੂ نو ਮੈਡੀ ਜੀ ਦੋ ਸਵਾਲ ਨੇ ਜੀ ਪਹਿਲਾ ਜੀ ਪੰਜਾਬ ਦੀਆਂ ਫਿਲਮਾਂ ਬਣਦੀਆਂ ਨੇ ਪੰਜਾਬ 'ਚ ਸ਼ੂਟ ਹੁੰਦੀਆਂ ਨੇ ਕੈਨੇਡਾ ਅਮਰੀਕਾ ਨਿਊਜ਼ੀਲੈਂਡ 'ਚ ਲੋਕ ਦੇਖਦੇ ਨੇ ਕੀ ਅਜਿਹਾ ਦੌਰ ਆਏਗਾ ਕਿ ਤੁਸੀਂ ਲੋਕ ਸਾਰੀ ਫਿਲਮ ਉੱਧਰ ਹੀ ਸ਼ੂਟ ਕਰੋ ਤੇ ਉਹ ਪੰਜਾਬ 'ਚ ਦਿਖਾਈ ਜਾਵੇ ਹਾਂਜੀ ਹੋ ਰਿਹਾ ਹੁਣ ਕਾਫੀ ਆਈ ਮੀਨ ਇੰਗਲੈਂਡ ਵਿੱਚ ਬਹੁਤ ਫਿਲਮਾਂ ਬਣ ਰਹੀਆਂ ਨੇ ਤੁਸੀਂ 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 ਤਾਂ ਉਹ ਕਲਾਕਾਰ ਹੋ ਜਿਨ੍ਹਾਂ ਨੂੰ ਮੈਂ ਪੰਜਾਬ ਦੇ ਮੰਨਦਾ ਉਹ ਕਲਾਕਾਰ ਜਿਹੜੇ ਅਸੀਂ ਪੰਜਾਬੀਆਂ ਨੇ ਦੇਖੇ ਨਹੀਂ ਕੈਨੇਡਾ ਦੇ ਬੌਰਨ ਕਲਾਕਾਰ ਅਮਰੀਕਾ ਦੇ ਪੰਜਾਬੀ ਬੌਰਨ ਕਲਾਕਾਰ ਉਹ ਪੰਜਾਬੀ ਕਲਾਕਾਰ ਜਿਹੜੇ ਨਿਊਜ਼ੀਲੈਂਡ 'ਚ ਜੰਮੇ ਆਸਟ੍ਰੇਲੀਆ 'ਚ ਜੰਮੇ ਕੈਨੇਡਾ 'ਚ ਜੰਮੇ ਕੀ ਉਹ ਇਸ ਲਾਇਕ ਪਹੁੰਚਣਗੇ ਵੀ ਉਹ ਵੀ ਫਿਲਮਾਂ ਸ਼ੂਟ ਕਰਨ ਦੇ ਪੰਜਾਬ 'ਚ ਅਸੀਂ ਦੇਖੀਏ ਵੀ ਇਹ ਸਾਡੇ ਮੁੰਡੇ ਕੈਨੇਡਾ ਜਾ ਕੇ ਜੰਮੇ ਸੀ ਤੇ ਅਸੀਂ ਪੰਜਾਬ 'ਚ ਫਿਲਮਾਂ ਦੇਖ ਰਹੇ ਹਾਂ ਸੋ ਆਈਡੀਆ ਵਧੀਆ ਸਹੀ ਆ ਵੱਡੀ ਗੱਲ ਆ ਐਕਚੁਅਲੀ ਆਈ ਹੋਪ ਸੋ ਇਹ ਤੁਸੀਂ ਜੋ ਸੋਚਿਆ ਬਹੁਤ ਵਧੀਆ ਸੋਚਿਆ ਰეკਮੈਂਡ ਕਰਨਾ ਚਾਹੀਦਾ ਸਾਨੂੰ ਸਾਡੇ ਇੱਥੇ ਬਹੁਤ ਗਾਇਕ ਨੇ ਨਵੇਂ ਨਵੇਂ ਗਾਇਕ ਆ ਰਹੇ ਨੇ ਕੈਨੇਡਾ 'ਚ ਵੀ ਐਕਟਰ ਗਾਇਕ ਮਿਲ ਰਹੇ ਨੇ ਗਾਇਕ ਨੇ ਇੰਗਲੈਂਡ ਦੇ ਯੂ نو ਜਿਹਨਾਂ ਨੂੰ ਪਾਪ ਜਿਹਦਾ ਫੋਰ ਐਗਜ਼ਾਮਪਲ ਡਾਕਟਰ ਜ਼ੂਸ ਇੱਕ ਮਿਊਜ਼ਿਕ ਡਾਇਰੈਕਟਰ ਹੈ ਉਹ ਯੂਕੇ ਬੇਸਡ ਹੀ ਨੇ ਪਰ ਉਹਨਾਂ ਦਾ ਇੱਥੇ ਜਿਹਦਾ ਜਾਜ਼ੀ ਬੀ ਨਾਲ ਕੋਲੈਬੋਰੇਸ਼ਨਸ ਕਰਦੇ ਨੇ ਦੈਨ ਮਿਕੀ ਸਿੰਘ ਫਰੋਮ ਕੈਨੇਡਾ ਉਹ ਵੀ ਉੱਥੇ ਬੇਸਡ ਨੇ ਜਿਹਨਾਂ ਨੂੰ ਆਪਾਂ ਇੱਥੇ ਦੇਖਦੇ ਹਾਂ ਯੂ نو ਸੋ ਹੈਗੇ ਨੇ ਆਈ ਵੁੱਡ ਸੇ ਕਿ ਜਿਹੜੇ ਉੱਥੇ ਬੇਸਡ ਹੈ but I know what you mean ke janam te parvrish bilkul udhar di hove te udhar hi bana ke apan nu idhar dikhaun bilkul jovan ji aakhri ek do minute sade kole baki ne haan ji kinni success saak film ch dikhdi hai puri dikhdi hai full vada full dikhdi hai matlab jehde sahab nu mehnat kiti hai sab to zyada mehnat kyunki kiti hai mehndi unna ne kiti hai tusi kiti nahi nahi sab to zyada mehnat kiti hai ji jovan ne kiti hai jitender ji mere haath bhai idhar rehnda hai ye producers di mehnat ta hundi hai ਸਾਰੇ ਗਾਣੇ ਪੋਸਟਰਸ ਅੱਜ ਵੀ ਪੂਰਾ ਦਿਨ ਅਸੀਂ ਪ੍ਰਮੋਸ਼ਨ ਕਰ ਰਹੇ ਸੀਗੇ ਤੇ ਇਹਨਾਂ ਨੂੰ ਸੈਂਸਰ ਮਿਲ ਗਿਆ ਆਹ ਮਿਲ ਗਿਆ ਆਹ ਹੋ ਗਿਆ ਯੂ نو ਸੋ ਸਾਡੀ ਫਿਲਮ ਜੋਬਨਪ੍ਰੀਤ ਸਿੰਘ ਕਰਕੇ ਰਿਲੀਜ਼ ਹੋ ਰਹੀ ਹੈ ਐਂਡ ਜਿੰਨੀ ਮਿਹਨਤ ਇਸ ਮੁੰਡੇ ਨੂੰ ਮੈਂ ਕਰਦੀ ਦੇਖੀ ਹੋਈ ਆ ਆਈ ਹੈਵ ਨਾਟ ਸੀਨ ਦੈਟ ਇਸ ਲਈ ਮੈਂ ਇਹਨੂੰ ਹੁਣ ਔਨ ਕੈਮਰਾ ਲਾਈਵ ਕਹਿ ਰਹੀ ਹਾਂ ਕਿ ਜੋਬਨ ਤੁਸੀਂ ਬਹੁਤ ਅੱਗੇ ਜਾਓਗੇ ਐਂਡ ਤੁਹਾਨੂੰ ਕਦੇ ਵੀ ਆਪਣੇ ਕਰੀਅਰ ਵਿੱਚ ਕੁਝ ਵੀ ਚਾਹੀਦਾ ਹੋਗਾ ਆਲ ਬੀ ਦੈਰ ਥੈਂਕ ਯੂ ਸੋ ਮਚ ਚਲੋ ਮਤਲਬ ਅਗਲੀਆਂ ਫਿਲਮਾਂ 'ਚ ਸੱਦਾ ਮਿਲ ਗਿਆ ਤੁਹਾਨੂੰ ਤੁਹਾਡੇ ਹੀਰੋਇਨ ਬਣਨਗੇ ਮੇਰੀ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਆ ਚਾਹੇ ਉਹ ਡਾਇਰੈਕਸ਼ਨ ਟੀਮ ਆ ਡੀ ਓ ਪੀ ਟੀਮ ਆ ਪ੍ਰੋਡਕਸ਼ਨ ਟੀਮ ਆ ਸਪੋਟ ਬੋਆਏ ਆ ਟਰਾਂਸਪੋਰਟ ਵਾਲੇ ਆ ਮਤਲਬ ਹਰ ਕੋਸਟਿਊਮ ਵਾਲੇ ਆ ਹਰ ਇੱਕ ਇਨਸਾਨ ਨੇ ਮੇਰੇ ਨਾਲ ਦਿਲੋਂ ਜੁੜ ਕੇ ਫਿਲਮ ਕੰਪਲੀਟ ਕੀਤੀ ਆ ਮਤਲਬ ਕੋਈ ਕਿਸੇ ਨੂੰ ਵੈਂਡਰ ਕਿਸੇ ਵੀ ਵੈਂਡਰ ਨੂੰ ਇਹ ਨਹੀਂ ਸੀਗਾ ਵੀ ਮੈਂ ਪੈਸੇ ਖਾਤਰ ਫਿਲਮ ਕਰਦਾ ਉਹ ਆਪਣੇ ਮਤਲਬ ਕਹਿ ਲਓ ਜੋ ਮਤਲਬ ਇੰਨੇ ਪਿਆਰ ਨਾਲ ਉਹਨਾਂ ਨੇ ਕੰਮ ਕੀਤਾ ਪਰਸਨਲੀ ਮੇਰੇ ਨਾਲ ਜੁੜੇ ਹੋਏ ਸਾਰੇ ਬੰਦੇ ਸੋ ਸਾਰਿਆਂ ਦੀ ਮਿਹਨਤ ਆ ਜੀ ਸੋ ਮੈਂ ਇਹੀ ਕਹੂੰਗਾ ਵੀ ਜੋਬਨ ਨੇ ਸਭ ਤੋਂ ਜ਼ਿਆਦਾ ਮਿਹਨਤ ਕੀਤੀ ਆ ਜਸ ਵਾਂਟ ਟੂ ਰੀਲੀ ਹੈਸ ਚਲੋ ਆਖਰੀ ਕਮੈਂਟ ਲਊਂਗਾ ਸ਼ੋਅ ਖਤਮ ਕਰਨ ਤੋਂ ਪਹਿਲਾਂ ਜੀ ਮੈਡੀ ਜੀ ਸਭ ਤੋਂ ਪਹਿਲਾਂ ਤੁਹਾਡਾ ਕਮੈਂਟ ਜੀ ਮੈਂ ਹਜੇ ਤੱਕ ਪੁੱਛਿਆ ਨਹੀਂ ਸਾਖ ਫਿਲਮ ਦੀ ਸਟੋਰੀ ਕੀ ਹੈ ਕਿਉਂਕਿ ਸਾਰੇ ਸਿਨੇਮੇ 'ਚ ਜਾ ਕੇ ਦੇਖਣਗੇ ਪਰ ਕਹਿੰਦੇ ਨੇ ਛੋਟੇ ਹੁੰਦੇ ਕਹਿੰਦੇ ਹੁੰਦੇ ਸੀਗੇ ਕਿ ਮੋਰਲ ਆਫ ਦਾ ਸਟੋਰੀ ਹੈ ਕੀ ਹੈ
ਦੋ ਸ਼ਬਦਾਂ ਚ ਮੋਰਲ ਆਫ ਦ ਸਟੋਰੀ ਇਹ ਹੈ ਕਿ ਇਟਸ ਐਨ ਆਲ ਅਰਾਊਂਡਰ, ਮਤਲਬ ਕਿ ਇਹਦੇ ਵਿੱਚ ਐਂਟਰਟੇਨਮੈਂਟ ਵੀ ਹੈ, ਰੋਮਾਂਸ ਵੀ ਹੈ, ਕਾਮੇਡੀ ਵੀ ਹੈ, ਫੈਮਿਲੀ ਵੈਲਿਊਜ਼ ਵੀ ਹੈ, ਰਿਸ਼ਤੇ ਵੀ ਹੈ, ਇੱਕ ਪਿੰਡ ਦਾ ਯੂ ਨੋ ਐਟਮੋਸਫੇਅਰ ਵੀ ਹੈ, ਪੀਰੀਅਡ ਫਿਲਮ ਵੀ ਹੈ, ਨਵਾਂ ਹੀਰੋ ਵੀ ਹੈ, ਯੂ ਨੋ ਸੋ ਆਮ ਰੀਲੀ ਹੈਪੀ ਅਬਾਊਟ ਦੈਟ ਐਂਡ ਮੈਂ ਡਾਂਸ ਵੀ ਕਰ ਰਹੀ ਹਾਂ, ਰੋ ਵੀ ਰਹੀ ਹਾਂ, ਹੱਸ ਵੀ ਰਹੀ ਹਾਂ, ਸੋ ਹੋਰ ਕੀ ਜੋ ਕੁਛ ਕਹਿਣਾ ਚਾਹਦੇ ਨਹੀਂ ਗਲੈਮਰਾਈਜ਼ਡ ਹੈ। ਇੱਕ ਹੋਰ ਗੱਲ ਮੈਂ ਕਹਿਣਾ ਚਾਹਾਂਗੀ ਕਿ ਡੀਓਪੀ ਜਿਹੜਾ ਸਾਡਾ ਉਹ ਕਾਰਤਿਕ ਹੀ ਫਰੋਮ ਸਾਊਥ ਇੰਡੀਆ, ਮੈਨੂੰ ਬਹੁਤ ਵਧੀਆ ਲੱਗਾ ਜਿੱਦਾਂ ਫਿਲਮ ਸ਼ੂਟ ਹੋਈ ਹੈ, ਜਿਹੜਾ ਆਪਣਾ ਗਾਣਾ ਹੈ ਅਕਸ਼ਰਦੀਪ ਹੋਣੀ ਪੂਰੇ ਪੰਜਾਬ ਚ ਨਿਗਰਾਨੀ ਰੱਖ ਰਹੇ ਨੇ ਕਿੱਥੇ ਕਿੱਥੇ ਫਿਲਮ ਦੇ ਪੋਸਟਰ ਲੱਗੇ ਨੇ, ਕਿੱਥੇ ਕਿੱਥੇ ਹੋਰਡਿੰਗ ਲੱਗੇ ਨੇ, ਔਰ ਇੱਕ ਇੱਕ ਹੋਰਡਿੰਗ ਦੀ ਫੋਟੋ ਖਿੱਚ ਕੇ ਵੀ ਮੇਰਾ ਖਿਆਲ ਉਹ ਸਾਰਿਆਂ ਨੂੰ ਭੇਜ ਰਹੇ ਨੇ। ਅੱਜ ਮੈਂ ਇਹ ਅਕਸ਼ਰ ਦੀ ਭਾਜੀ ਤੇ ਹਰਵਿੰਦਰ ਰਾਣਾ ਭਾਜੀ ਦਾ ਮੈਂ ਬਹੁਤ ਧੰਨਵਾਦ ਕਰਦਾ, ਕਿਉਂਕਿ ਜੋ ਐਂਡ ਤੇ ਪਾਰਟ ਸੀ ਨਾ ਮੇਰਾ ਬਹੁਤ ਜ਼ਿਆਦਾ ਬੋਝ ਸੀਗਾ ਮੇਰੇ 'ਤੇ ਪੋਸਟ ਪ੍ਰੋਡਕਸ਼ਨ ਤੋਂ ਬਾਅਦ, ਮਤਲਬ ਇਹਨਾਂ ਦੇ ਆਉਣ ਨਾਲ ਮੈਂ ਥੋੜ੍ਹਾ ਜਿਹਾ ਮਤਲਬ ਥੋੜ੍ਹਾ ਨਹੀਂ ਬਹੁਤ ਰਿਲੈਕਸ ਹੋ ਗਿਆ, ਜਿਵੇਂ ਇਹਨਾਂ ਦੀ ਵਜ੍ਹਾ ਕਰਕੇ ਰਿਲੈਕਸ ਹੋਇਆ ਤਾਂ ਮੈਂ ਅੱਜ ਬੜੇ ਸਮੂਥਲੀ ਵੇ ਨਾਲ ਮੈਂ ਇੰਟਰਵਿਊਜ਼ ਕਰ ਰਿਹਾ, ਪ੍ਰਮੋਸ਼ਨ ਕਰ ਰਿਹਾ। ਸੋ ਥੈਂਕ ਯੂ ਭਾਜੀ ਹਰਵਿੰਦਰ ਭਾਜੀ ਤੇ ਅਕਸ਼ੇ ਭਾਜੀ, ਬੜਾ ਦਿਲੋਂ ਥੈਂਕ ਯੂ। ਚਲੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ, ਅਕਸ਼ਰਦੀਪ ਜੀ, ਮਿਨਹਾਸ ਸਾਹਿਬ ਔਰ ਡਾਇਰੈਕਟਰ ਰਾਈਟਰ ਕਮਲਜੀਤ ਸਿੰਘ ਹੋਣੀ ਨੇ, ਰੁਪਿੰਦਰ ਮਿਨਹਾਸ ਜੀ ਨੇ, ਮੈਨੀ ਟੱਕਰ ਜੀ, ਮੁਕਲਦੇਵ ਜੀ ਔਰ ਜੋਬਨਪ੍ਰੀਤ ਸਿੰਘ ਜੀ, ਹੋਰ ਵੀ ਬਹੁਤ ਸਾਰੇ ਕਿਰਦਾਰ ਨੇ, ਤੁਸੀਂ ਸਾਰੇ ਉਹਨਾਂ ਦੇ ਨਾਮ ਜਾਣਦੇ ਵੀ ਹੋ। ਸੋ ਫਿਲਮ ਨਵੀਂ ਆ ਰਹੀ ਹੈ 6 ਸਤੰਬਰ ਨੂੰ, ਸੋ ਲਗਾਤਾਰ ਪ੍ਰਚਾਰ ਹੈ ਜਿਹੜਾ ਚੱਲ ਵੀ ਰਿਹਾ, ਰੁਝਾਨ ਹੈਗਾ ਪੰਜਾਬੀ ਫਿਲਮਾਂ ਦਾ, ਲੋਕ ਜ਼ਰੂਰ ਦੇਖਣ ਜਾਂਦੇ ਨੇ। ਸੋ ਉਮੀਦ ਕਰਦੇ ਹਾਂ ਕਿ ਇਹ ਫਿਲਮ ਵੀ ਨਵੀਆਂ ਬੁਲੰਦੀਆਂ ਪੰਜਾਬੀ ਫਿਲਮ ਇੰਡਸਟਰੀ ਨੂੰ ਦਊਗੀ ਅਤੇ ਸਾਡੇ ਪੰਜਾਬੀ ਫਿਲਮ ਇੰਡਸਟਰੀ ਤਰੱਕੀਆਂ ਛੂਹਗੀ, ਅਤੇ ਕੈਨੇਡਾ ਅਮਰੀਕਾ ਅਤੇ ਜਿਹੜੇ ਬਾਹਰ ਮੁਲਕਾਂ 'ਚ ਸਾਰੇ ਸੁਣ ਰਹੇ ਹੋ, ਦੁਬਈ ਵਾਲੇ ਵੀ ਸੁਣ ਰਹੇ ਹੋਣਗੇ, ਬਹੁਤ ਮੈਨੂੰ ਟੈਲੀਫੋਨ ਕਰਦੇ ਨੇ ਸਾਊਦੀ ਅਰਬੀਆ 'ਚੋਂ ਵੀ, ਮੈਨੂੰ ਉਮੀਦ ਹੈ ਕਿ ਮਿਨਹਾਸ ਸਾਹਿਬ ਨੇ ਇੰਤਜ਼ਾਰ ਕੀਤਾ ਹੋਣਾ ਕਿ ਕੁਵੈਤ, ਫਿਲੀਪਾਈਨਸ ਜਿਹੜੇ ਛੋਟੇ ਛੋਟੇ ਮੁਲਕ ਨੇ ਉੱਥੇ ਵੀ ਜ਼ਰੂਰ ਉਹਨਾਂ ਨੂੰ ਜਿਹੜੀ ਇਹ ਫਿਲਮ ਹੈ ਸੇਮ ਡੇ 6 ਸਤੰਬਰ ਨੂੰ ਦੇਖਣ ਨੂੰ ਮਿਲੇ। ਸੋ ਤੁਹਾਡੇ ਵਟਸਐਪ ਮੈਸੇਜ ਮੈਨੂੰ ਹਮੇਸ਼ਾ ਆਉਂਦੇ ਨੇ, ਸੋ ਸਾਰੇ ਮੁਲਕਾਂ ਦੇ ਵਿੱਚ 125-30 ਮੁਲਕਾਂ ਦੇ ਵਿੱਚ ਸਾਡਾ ਇਹ ਟੈਲੀਵਿਜ਼ਨ ਦਾ ਪ੍ਰੋਗਰਾਮ ਪਹੁੰਚਦਾ ਹੈ। ਸੋ ਸਾਰੇ ਤੁਸੀਂ ਮੇਰੇ ਨਾਲ, ਬਹੁਤੇ ਸਰੋਤੇ ਵਟਸਐਪ 'ਤੇ ਵੀ ਜੁੜੇ ਰਹਿੰਦੇ ਨੇ ਸਾਡੇ E9 ਪੰਜਾਬੀ ਦੇ ਗਰੁੱਪ 'ਚ। ਸੋ ਮੈਂ ਕੋਸ਼ਿਸ਼ ਕਰੂੰਗਾ ਕਿਸੇ ਨੇ ਪੁੱਛਣਾ ਹੋਵੇ ਅਤੇ ਮੇਰੇ ਥਰੂ ਮਿਨਹਾਸ ਸਾਹਿਬ ਦੇ ਨਾਲ ਵੀ ਗਰੁੱਪ 'ਚ ਐਡ ਹੋ ਕੇ ਪੁੱਛ ਸਕਦੇ ਹੋ ਕਿ ਤੁਹਾਡੀ ਕੰਟਰੀ 'ਚ ਕਿਹੜੇ ਸਿਨੇਮਾ ਘਰ ਦੇ ਵਿੱਚ 6 ਸਤੰਬਰ ਨੂੰ ਫਿਲਮ ਲੱਗ ਰਹੀ ਹੈ। ਸੋ ਅਮੈਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, UK ਜਿਹੜੇ ਵੱਡੇ ਮੁਲਕ ਨੇ, ਦੁਬਈ ਵਰਗੇ, ਉੱਥੇ ਤਾਂ ਸਾਰਿਆਂ ਨੂੰ ਪਤਾ ਹੀ ਹੁੰਦਾ। ਸੋ ਮੈਂ ਬਿਲਕੁਲ ਛੋਟੇ ਮੁਲਕਾਂ ਦੀ ਗੱਲ ਵੀ ਕਰ ਰਿਹਾ। ਬਹੁਤ ਬਹੁਤ ਧੰਨਵਾਦ ਮੈਂਡੀ ਜੀ, ਸ਼ੁਭਕਾਮਨਾਵਾਂ ਵੀ, ਤੁਸੀਂ ਟਾਈਮ ਕੱਢਿਆ, ਜੋਗਿੰਦਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ, ਥੈਂਕ ਯੂ।